ਸਤਿ ਸ਼੍ਰੀ ਅਕਾਲ ਦੋਸਤੋ, ਪੀ ਬੱਤੀ ਦੇਖ ਰਹੇ ਸਾਰੇ ਹੀ ਪਰਿਵਾਰਕ ਮੈਂਬਰਾਂ ਦਾ ਸਵਾਗਤ ਹੈ ਪੀ ਬੱਤੀ 'ਤੇ। ਅਤੇ ਥੋੜ੍ਹੇ ਜਿਹੇ ਕੰਮ ਲਏ ਨਾ ਆਪਾਂ, ਲੁਧਿਆਣੇ ਗਏ ਸੀਗੇ ਇੱਥੇ ਕੰਮ ਨੂੰ ਲੈ ਕੇ ਸੂਰੀ ਸਾਹਿਬ ਨੂੰ, ਅਤੇ ਆਉਣ ਲੱਗੇ ਸਾਡੇ ਬਹੁਤ ਹੀ ਇੱਥੇ ਮਿੱਤਰ ਸੱਜਣ ਹੈਗੇ ਆ ਰਾਹੋਂ ਦੇ ਵੀ, ਉਹਨਾਂ ਨੇ ਦੱਸਿਆ ਵੀ ਰਾਹੋਂ ਜੀ ਕਦੇ ਤੁਸੀਂ ਦਿਖਾ ਦਿਆ ਕਰੋ, ਰਾਹੋਂ ਦੀਆਂ ਬੜੀਆਂ ਸਮੱਸਿਆਵਾਂ। ਅਤੇ ਮੈਂ ਸੂਰੀ ਸਾਹਿਬ ਨੂੰ ਰਿਕੁਐਸਟ ਕੀਤੀ ਅਤੇ ਆਉਂਦੇ ਵੀ ਜੀ ਦਿਖਾਓ ਮੜ ਜਾ, ਕੂੜੇ ਨੇ ਸਾਡਾ ਸਵਾਗਤ ਕਰਤਾ। ਅਤੇ ਸੂਰੀ ਸਾਹਿਬ ਕਹਿੰਦੇ ਆ, ਮੈਂ ਕਹਿੰਦੇ ਠੀਕ ਆ ਸਾਹਿਬ ਜੀ, ਤੈਨੂੰ ਪਤਾ ਮੈਂ ਸ਼ੇਰ ਨਾਲ ਹੀ ਬੋਲਦਾ ਉਹਨਾਂ, ਮੈਂ ਕਿਹਾ ਜੀ ਤੁਸੀਂ ਸ਼ੇਰ ਤਿਆਰ ਕਰੋ, ਜਾਣੂ ਮੈਂ ਬੀਜੇ ਜੀ ਨੂੰ ਕਹਿ ਕੇ ਲਾਈਵ ਸ਼ੁਰੂ ਕਰਦਾ। ਸੂਰੀ ਸਾਹਿਬ ਕਿੱਦਾਂ ਰੇਡੀ ਆ? ਸਵਾਗਤ ਆ ਪਹਿਲੀ ਧਾਨ ਦਿਓ ਕਿ ਕਹਿੰਦੇ ਹਰ ਰੋਜ਼ ਨਵੀਂ ਚੁਣੌਤੀ, ਹਰ ਰੋਜ਼ ਨਵੀਂ ਸਮੱਸਿਆ, ਫਿਰ ਵੀ ਰਾਹੋਂ ਵਾਲੇ ਜਿਹੜੇ ਲੋਕ ਆ ਉਹ ਮਿਹਨਤ ਕਰਨ ਲਈ ਤਿਆਰ ਨੇ, ਮਿਹਨਤ ਕਰਨ ਲਈ ਤਿਆਰ ਨੇ ਤਾਂ ਜੋ ਜ਼ਿੰਦਗੀ ਨੂੰ ਮਿਲੇ ਥੋੜ੍ਹਾ ਜਿਹਾ ਆਰਾਮ। ਦੋਸਤਾ, ਤੂੰ ਨਵੇਂ ਸ਼ਹਿਰ ਦੀਆਂ ਤੰਗੀਆਂ ਨੂੰ ਰੋਈ ਜਾਂਦਾ ਮਿੱਤਰਾ, ਇੱਥੇ ਗੰਦਗੀ ਨੇ, ਗਟਰ ਅਤੇ ਨੱਕ ਦੋਵੇਂ ਕੀਤੇ ਨੇ ਜਾਮ। ਦੋਸਤਾ, ਗੰਦਗੀ ਨੇ, ਗਟਰ ਅਤੇ ਨੱਕ ਦੋਵੇਂ ਕੀਤੇ ਹੋਏ ਨੇ ਜਾਮ। ਦੋਸਤਾ, ਅੱਛਾ ਤੁਸੀਂ ਦੇਖੋ ਕਿ ਕਿੱਡਾ ਵੱਡਾ ਮੁੱਦਾ ਆ ਇਹ, ਦੇਖੋ ਆਪਾਂ ਨੂੰ ਉਹ ਤਾਂ ਕਹਿਣ ਦੀ ਲੋੜ ਨਹੀਂ, ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਕਿਉਂਕਿ ਸਭ ਨੂੰ ਪਤਾ ਸ਼ੇਅਰ ਤੋਂ ਅੰਦਾਜ਼ਾ ਕਿੱਧਰ ਲੱਗਣਾ, ਅਤੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ। ਆਪਾਂ ਹੁਣ ਮੁੱਦੇ ਲਾਈਏ, ਇਹ ਬਹੁਤ ਵੱਡਾ ਮੁੱਦਾ ਆ ਨਵੇਂ ਸ਼ਹਿਰ 'ਚ। ਆਪਾਂ ਸੰਡੇ ਵਾਲੇ ਦਿਨ ਦੇਖਦੇ ਹੁੰਦੇ ਹਾਂ ਕਿ ਇੱਦਾਂ ਗੰਦਗੀ ਪਈ ਹੁੰਦੀ ਆ, ਔਰ ਅੱਜ ਮੰਡੇ ਆ, 2:42 ਹੋ ਚੁੱਕੇ ਆ, ਹਾਲੇ ਤੱਕ ਵੀ ਤੁਸੀਂ ਆ ਦੇਖੋ ਇਹ ਸਾਡੀ ਤਰੱਕੀਆਂ ਨੇ, ਇਹ ਸੈਲਫੀ ਪੁਆਇੰਟ ਆ ਕਿ ਦੇਖੋ ਮੰਡੇ ਵਾਲੇ ਦਿਨ ਵੀ ਆ ਫਰੂਟੀਆਂ ਵਿੱਚ ਪਈਆਂ, ਆਹਦੇ ਤਾਂ ਗਟਰ ਤੁਰਦਾ ਹੀ ਨਹੀਂ ਪਿਆ, ਜਾਮ ਹੋਇਆ ਪਿਆ ਨਾ, ਕਹਿੰਦੇ ਇੱਥੋਂ MC ਤੁਰਦੇ ਆ ਅਤੇ ਨਾ ਗਟਰ ਤੁਰਦਾ, ਆਹਦੇ ਤਾਂ ਉਹ ਗਟਰ ਦਾ ਪਾਣੀ ਦੇਖ, ਜੇ ਤਾਂ ਕਹਿੰਦੇ ਸਟਿੰਗ ਪੀ ਕੇ ਸਿੱਟੀ ਹੁੰਦੀ ਆ, ਹੈ ਨੀਲਾ ਕਿ ਨਹੀਂ ਬਲੂ ਪਾਣੀ, ਵੀ ਗਟਰ ਦਾ ਬਲੂ ਹੋ ਗਿਆ ਕਿ ਜਿਵੇਂ ਗਟਰ ਨੂੰ ਸਟਿੰਗ ਪਲਾਈ ਹੋਵੇ। ਕਿੱਦਾਂ ਇਹ ਲੋਕ ਬੈਠੇ ਆ ਦੁਕਾਨਾਂ 'ਤੇ, ਕਿੱਦਾਂ ਵਿਚਾਰੇ ਆਪਣਾ ਡੰਗ ਸਾਰਦੇ ਆ। ਮੈਂ ਕਹਿੰਦਾ ਵੀਰ ਜਿਹੜਾ ਦੁਕਾਨ ਵਾਲਾ ਸਾਰ ਦਿਨ ਧਿਆਨ ਇੱਧਰ ਹੀ ਹੋਣਾ, ਮੱਛਰ ਤਾਂ ਨਹੀਂ ਵੀ ਆ ਗਿਆ, ਤਾਂ ਬਹੁਤ ਤੰਗੀ ਹੁੰਦੀ ਆ ਗਟਰ ਕਰਕੇ। ਆਓ ਮੜ ਜੇ ਬਾਹਰ ਆਓ, ਕੀ ਤੁਹਾਡਾ ਕੀ ਨਾਮ ਹੈ? ਸਭ ਮਾਈਕ ਕਰ ਇੱਧਰ। ਅਮਰਜੀਤ ਸਿੰਘ ਸਰ ਮੇਰਾ ਨਾਮ ਜੀ ਜੀ, ਅਤੇ ਆਪਣੀ ਸ਼ੋਪ ਬਾਜ਼ਾਰ ਦੇ ਵਿੱਚ, ਮੇਨ ਬਾਜ਼ਾਰ ਦੇ ਵਿੱਚ ਵਾ ਸਰ, ਇਹ ਕਾਫੀ ਪ੍ਰੋਬਲਮ ਹੁੰਦੀ। ਇੱਕ ਤਾਂ ਸਭ ਤੋਂ ਪਹਿਲਾਂ ਸਰ ਮੱਛਰ ਦੇਖੋ ਕਿੰਨਾ ਇਹਦੇ 'ਤੇ ਬੈਠ ਰਿਹਾ, 2-4 ਮਿੰਟ 'ਚ ਮੈਨੂੰ ਚੰਗੇ ਨੇ ਡੰਗ ਮਾਰ ਲਿਆ ਸਰ। ਤੁਹਾਨੂੰ ਪਤਾ ਕਿ ਇਸ ਟਾਈਮ ਕਿੰਨੀ ਪ੍ਰੋਬਲਮ ਇਹ ਚੱਲ ਰਹੀ ਆ, ਹੋਸਪਿਟਲ ਕਿਸ ਤਰ੍ਹਾਂ ਭਰੇ ਪਏ ਆ, ਅਤੇ ਉਹ ਜਿਹੜਾ ਗੰਦ ਆ ਸਰ ਦੇਖੋ ਦੁਕਾਨਾਂ ਦੇ ਸਾਹਮਣੇ ਇਸ ਤਰ੍ਹਾਂ ਹੀ ਪਿਆ। ਉਹ ਪਰ ਇਹ ਗਟਰ ਕਿੱਦਾਂ ਜਾਮ ਪਿਆ, ਕਿੰਨੇ ਕੁ ਸਾਲਾਂ ਤੋਂ ਪਿਆ ਉਹ? ਇਹ ਸਰ ਜਦੋਂ ਮੈਂ ਆਇਆ ਮੈਨੂੰ ਲੱਗਦਾ ਮੈਨੂੰ 1.5 ਸਾਲ ਹੋ ਚੁੱਕਾ। ਪੋਸਟ ਆਪਣੀ ਦੇਖੇ ਨਹੀਂ ਚੱਲਦੀ ਸਰ, ਜਦ ਪਤੇ ਆਏ ਆ ਤੇ ਇਹ ਇਸੇ ਤਰ੍ਹਾਂ ਆਇਆ ਸਰ, ਰੈਗੂਲਰ ਇਸ ਤਰ੍ਹਾਂ ਚੱਲ ਰਿਹਾ ਸਰ। ਇਹ ਗਟਰ ਦਾ ਪਾਣੀ ਨੀਲਾ ਕਿੱਦਾਂ ਹੋ ਗਿਆ? ਨਗਰ ਕੌਂਸਲ ਵਾਲੇ ਗੇੜਾ ਮਾਰਦੇ ਸਰ, ਜੇ ਮਾਰਦੇ ਹੁੰਦੇ ਤਾਂ ਚਲੋ ਮਾਰਦੇ, ਕੁਛ ਸੁਧਾਰ ਹੋ ਜਾਂਦਾ। ਕਸਟਮਰਾਂ ਦੇ ਨਾਲ ਬੱਚੇ ਆਉਂਦੇ ਆ, ਪਰਿਵਾਰ ਆਉਂਦਾ, ਕੋਈ ਸਿਆਣਾ ਬਿਆਣਾ ਨਾਲ ਆਉਂਦਾ, ਤੇ ਇਹਦੀ ਪ੍ਰੋਬਲਮ ਔਰ ਇਹਦੀ ਜੋ ਸਮੈਲ ਆ ਸ਼ੋਪ ਦੇ ਅੰਦਰ, ਉੱਥੇ ਯਕਦਮ ਹੀ ਬੰਦਾ ਆਉਂਦਾ, 2 ਮਿੰਟ ਤੁਹਾਨੂੰ ਲੱਗਦਾ ਮੈਂ ਕਿੱਥੇ ਆ ਕੇ ਫਸ ਗਿਆ, ਫਿਰ 2.5-3 ਮਿੰਟ ਬਾਅਦ ਨੱਕ ਮਰ ਜਾਂਦਾ। ਬਿਲਕੁਲ ਸਰ, ਫਿਰ ਮੈਂ ਕਹਿੰਦਾ ਚੱਲ ਠੀਕ ਹੈ, ਬਿਲਕੁਲ ਸਮਾਨ ਤਾਂ ਲੈ ਲਈਏ, ਬਿਲਕੁਲ ਓਕੇ।
ਖੜੇ ਹੋਣ ਲੱਗੇ ਵੀ ਥੋੜ੍ਹੀ ਜਿਹੀ ਸ਼ਰਮ ਆਉਂਦੇ ਵੀ ਆਪਾਂ ਕਿੱਥੇ ਖੜੇ ਹਾਂ, ਕਿੱਥੋਂ ਲੈਣ ਲੱਗੇ ਸਮਾਨ। ਮੈਂ ਰਾਹੋਂ ਵਾਲਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਦੇਖੋ ਤੁਸੀਂ ਡਬਈ, ਕਨੇਡਾ, ਸਿੰਗਾਪੁਰ ਨਾ ਜਾਇਆ ਕਰੋ, ਇਹਨਾਂ ਦੀਆਂ ਫੋਟੋਆਂ ਖਿੱਚ ਕੇ ਸੈਲਫੀ ਪਾਇਆ ਕਰੋ ਅਤੇ ਦੱਸਿਆ ਕਰੋ ਸਾਡੇ ਸ਼ਹਿਰ ਦੀ ਨਗਰ ਕੌਂਸਲ ਨੇ, ਪ੍ਰਧਾਨ ਜੀ ਨੇ ਕਿੰਨੀ ਤਰੱਕੀ ਕਰਾ ਦਿੱਤੀ ਆ। ਸ਼ਾਇਦ ਉਹਨਾਂ ਨੂੰ ਲੱਗੇ ਕਿ ਨਹੀਂ ਯਾਰ ਕੁਛ ਕਰੀਏ। ਵੀਡੀਓ 'ਚ ਨਾ ਆ ਜਾਇਓ ਜੀ, ਚਾਰ ਚਾਰ ਜਾਣੇ ਬੈਠੇ ਆ ਤੁਸੀਂ। ਬਸ ਦੇਖੋ ਆਹ ਤਾਂ ਹੈਰਾਨੀ ਵਾਲੀ ਗੱਲ, ਆਹ ਨੀਲਾ ਹੀ ਹੈ ਨਾ ਅੱਜ ਪਾਣੀ ਹੈ, ਕਿਹੜਾ ਗਾਣਾ ਸੀਗਾ ਅੱਜ ਬਲੂ ਹੈ ਪਾਣੀ ਪਾਣੀ ਤਿੱਦਾਂ ਨਹੀਂ ਆ ਗਈ। ਆਹ ਹਨੀ ਸਿੰਘ ਨੇ ਇਹਨੂੰ ਦੇਖ ਕੇ ਤਾਂ ਨਹੀਂ ਗਾਣਾ ਬਣਾਇਆ ਲੱਗਦਾ ਸੁਜੀ ਸਾਹਿਬ। ਹੈਂ ਆਹ ਦੇਖੋ ਮੈਡਮ, ਮੈਡਮ ਤੁਸੀਂ ਕੋਈ ਵਿਚਾਰ ਆਓ ਆਓ ਮਾੜਾ ਵਿਚਾਰ ਦੇ ਦਿਓ, ਦੇਖੋ ਪੁੱਤ ਧਿਆਨ ਨਾਲ ਆਓ ਮੈਡਮ ਦੇ ਵਿਚਾਰ ਲਓ। ਹਾਂਜੀ ਇੱਥੇ ਤਾਂ ਬਹੁਤ ਗੰਦਗੀ ਹੈ, ਇੰਨੀ ਗੰਦਗੀ ਹੈ ਨਾ ਕਿ ਸਮੈਲ, ਕਸਟਮਰ ਨਹੀਂ ਖੜਾ ਹੁੰਦਾ, ਸਮੈਲ ਇੰਨੀ ਆਉਂਦੀ ਹੈ। ਕੰਪਲੇਂਟ ਕਰ ਲਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਕੰਪਲੇਂਟ ਕੀਤੀ ਪਹਿਲਾਂ ਕਦੀ? ਦੋ ਤਿੰਨ ਵਾਰੀ ਫੋਟੋ ਖਿੱਚ ਕੇ ਪਾਈ ਕਿ ਦੁਕਾਨ ਦੇ ਅੱਗੇ ਗੰਦ ਪਿਆ ਹੋਇਆ, ਤੁਸੀਂ ਆ ਕੇ ਚੁਕਾ ਦਿਓ। ਰੇਹੜੀ ਗੱਡੀ ਵਾਲੇ ਆਉਂਦੇ ਆ ਕਈ ਵਾਰੀ ਤਾਂ ਚੁੱਕ ਕੇ ਨਹੀਂ ਲੈ ਕੇ ਜਾਂਦੇ, ਨਿਕਲ ਜਾਂਦੇ ਨੇ ਇੱਥੋਂ। ਤੁਹਾਡੀ ਸਮੱਸਿਆ ਨੂੰ ਸੁਣਿਆ ਗਿਆ, ਸੁਣਿਆ ਵੀ ਨਹੀਂ ਗਿਆ, ਵਿਚਾਰ ਤਾਂ ਕੀ ਕਰਨਾ, ਕੀ ਕਰਨਾ, ਸੁਣਦਾ ਹੀ ਨਹੀਂ ਹੈ, ਸੁਣਦਾ ਹੀ ਕਿਸੇ ਨੇ। ਨਗਰ ਕੌਂਸਲ ਵਾਲੇ ਆਉਂਦੇ ਆ? ਕੁਛ ਵੀ ਨਹੀਂ, ਕੋਈ ਨਹੀਂ ਆਉਂਦਾ। ਆਉਂਦਾ ਹੀ ਕੋਈ ਪੁੱਛ ਪੜਤਾਲ ਨਹੀਂ? ਅਤੇ ਵੋਟਾਂ ਮੰਗਣ ਆਉਂਦੇ ਆ ਫਿਰ? ਵੋਟਾਂ ਮੰਗਣ ਤਾਂ ਆਉਣੀਆਂ ਹੀ ਉਹਨਾਂ ਨੇ, ਵੋਟਾਂ ਮੰਗਣ ਆਉਂਦੇ ਆ। ਸਮੱਸਿਆ ਅੱਛਾ ਉਹਨਾਂ ਨੂੰ ਲੱਗਦਾ ਨਹੀਂ ਇਹ ਮੁੱਦਾ ਹੈਗਾ, ਇਹ ਮੁੱਦਾ ਦਾ ਜਿਹੜਾ ਹੈਗਾ ਹੈਗਾ ਠੀਕ ਹੈ, ਕੁਛ ਰੇਹੜੀਆਂ ਲੱਗੀਆਂ ਆ ਫੜੀਆਂ ਠੀਕ ਹੈ, ਦੁਕਾਨਦਾਰ 15-15-20 ਆਪਾਂ ਰੈਂਟ ਭਰ ਰਿਹਾ ਰਾਈਟ ਹੈ, ਇਹ ਕਮੇਟੀ ਨਜ਼ਾਇਜ਼ ਹੈ ਜਿਹੜੀ ਲੱਗੀਆਂ ਹੋਈਆਂ। ਇਹ ਪੈਸਾ ਕਿਹਨੂੰ ਜਾਂਦਾ ਜਿੱਥੇ ਰੇਹੜੀਆਂ ਲੱਗੀਆਂ? ਇਹ ਤਾਂ ਕਮੇਟੀ ਘਰ ਨੂੰ ਜਾਂਦਾ ਜਾਂ ਨਹੀਂ ਜਾਂਦਾ ਇਹਦਾ ਰੱਬ ਰੱਖਾ, ਠੀਕ ਹੈ ਨਹੀਂ ਜਾਂਦਾ ਵੀ ਨਹੀਂ ਜਾਂਦਾ, ਮਗਰ ਇਹ ਮਾਰਕੀਟ ਦਾ ਕੁਝ ਤੁਹਾਡਾ ਸਮਾਨ ਜਿਹੜਾ ਇੱਥੇ ਵਿਕਣਾ ਆ ਉਹ ਰੇਹੜੀਆਂ ਪ੍ਰਾਈਜ਼ ਲਗਭਗ ਸੇਮ ਹੀ ਹੁੰਦਾ? ਪ੍ਰਾਈਜ਼ ਸੇਮ ਹੁੰਦਾ ਆ, ਹੁਣ ਨਾ ਹੀ ਉਹਨਾਂ ਦਾ ਕੋਈ ਰੈਂਟ ਹੈ ਨਾ ਹੀ ਕੁਛ ਹੈ, ਹੁਣ ਜਿਹੜਾ ਦੁਕਾਨਦਾਰ ਆ ਉਹ 15-20 ਹਜ਼ਾਰ ਰੁਪਏ ਰੈਂਟ ਭਰ ਰਿਹਾ। ਤੁਹਾਡੇ ਇੱਕ ਨਵਾਂ ਅਜੂਬਾ ਦੇਖਿਆ ਮੈਂ, ਇੱਧਰ ਗਟਰ ਚ ਨੀਲਾ ਰੰਗ ਆ, ਪਿੱਛੇ ਲਾਲ ਜਿਹਾ ਸੀ, ਇੱਧਰ ਮੈਨੂੰ ਹੋਰ ਦਿਸ ਰਿਹਾ ਚਿੱਟਾ ਜਿਹਾ ਦਿਸ ਰਿਹਾ। ਗਟਰ ਸਾਰੇ ਅਲੱਗ ਅਲੱਗ ਰੰਗ ਪੇਸ਼ ਕਰਦੇ ਆ, ਪੈਦਾ ਕਰਦੇ ਆ। ਉਹ ਦੇਖਤਾ ਰੰਗ ਦਿਖਾਈ ਵੀ ਜੀ, ਕਿਹੜਾ ਰੰਗ ਹੋਇਆ ਵੀ ਇਹ ਇਹਦਾ ਲੱਸੀ ਵਰਗਾ ਰੰਗ ਲੱਗਦਾ। ਆਹ ਦੇ ਇੱਧਰ ਹੋਰ ਰੰਗ ਆ, ਕਿਤੇ ਹਰਾ ਕਿਤੇ ਨੀਲਾ, ਇਹ ਸਟਿੰਗ ਵੀ ਕਿਤੇ ਨਹੀਂ ਡੋਲਦੇ ਲੋਕ ਵਿੱਚ। ਆਹ ਦੇਖੋ ਹੋਰ ਜੀ ਕੀ ਹਾਲ ਚਾਲ, ਠੀਕ ਹੈ ਜੀ? ਕਿੰਨਾ ਕੁ ਨੁਕਸਾਨ ਹੋ ਰਿਹਾ ਜੀ? ਨੁਕਸਾਨ ਰੋਜ਼ੇ ਹੋ ਰਿਹਾ ਸੀ ਸਰ, ਪਹਿਲਾਂ ਤਾਂ ਵੈਲਕਮ ਤੁਹਾਡਾ ਰਾਮਾਂ ਚ, ਨੁਕਸਾਨ ਉਹ ਕਰ ਲਿਆ ਜੀ ਗਟਰ ਨੇ। ਉਹ ਸਰ ਉਹ ਰੋਜ਼ੇ ਹੀ ਹੁੰਦਾ, ਉਹ ਜਿਹੜਾ ਨਾ ਸਵੇਰੇ ਕਹਿੰਦੇ ਆ ਜਦੋਂ ਗਾਹਕ ਦੀ ਐਂਟਰੀ ਸ਼ੁਰੂ ਹੁੰਦੀ ਹੈ ਉਹ ਸਵਾਗਤ ਰਾਮਾਂ ਦੇ ਵਿੱਚ ਇਸ ਚੀਜ਼ ਢੇਰੀਆਂ ਨਾਲ ਹੁੰਦਾ ਹੈ ਜੀ। ਅੱਛਾ ਨੱਕ ਪਹਿਲੇ ਮਹਿਸੂਸ ਕਰ ਲੈਂਦਾ ਕਿ ਕੁਝ ਗੜਬੜ ਹੈ? ਬਿਲਕੁਲ ਬਿਲਕੁਲ ਸਰ, ਉਹ ਤਾਂ ਜਿੰਨਾ ਮਰਜ਼ੀ ਕਹੀ ਆ, ਉਹ ਅੱਜ ਮੇਰੇ ਖਿਆਲ 4th-5th ਦਿਨ ਹੈ ਢੇਰੀਆਂ ਨੂੰ, ਪਰ ਡੇਂਗੂ ਕਿੱਥੋਂ ਆਊਗਾ? ਇੱਥੋਂ ਹੀ ਕਹਿੰਦਾ ਰਾਹੋਂ ਪੂਰਾ ਭਰੇ, ਪਿੱਛੇ ਭਾਈ ਨੇ ਗੱਲ ਕੀਤੀ ਕਹਿੰਦੇ ਹਸਪਤਾਲ ਭਰੇ ਪਏ ਆ, ਹਸਪਤਾਲ ਫੁੱਲ ਪਿਆ, ਜਾੜਲੇ ਰੋਡ ਦਾ ਇੱਕ ਵਾਰੀ ਹਾਲ ਦੇਖ ਲਓ ਨਾਲੇ ਦਾ, ਉਹ ਸਾਰਾ ਨਾਲਾ ਟੁੱਟ ਕੇ ਜ਼ਮੀਨ ਦੇ ਵਿੱਚ ਜਿਹੜਾ ਪਲਾਟ ਆ ਮੰਦਿਰ ਦਾ ਜੀ ਜੀ, ਉਹਦੇ ਵਿੱਚ ਪਾਣੀ ਚੱਲ ਗਿਆ, ਉੱਥੇ ਇੰਨਾ ਕੁ ਪਾਣੀ ਦਾ ਧੜ ਲੱਗਾ ਪਿਆ ਜਿੱਦਾਂ ਦਰਿਆ ਬਣਿਆ ਹੁੰਦਾ, ਪਰ ਗੰਦੇ ਪਾਣੀ ਦਾ। ਬਿਲਕੁਲ ਜੀ ਗੰਦੇ ਪਾਣੀ ਦਾ ਜੀ, ਨਾਲੇ ਬੰਦ ਪਏ ਹੁੰਦੇ, ਨਾਲਿਆਂ ਦੇ ਵਿੱਚ ਮੱਛੀਆਂ ਦੇਖ ਲਓ। ਅੱਛਾ ਹਾਂਜੀ, ਜਾੜਲਾ ਰੋਡ ਤੇ ਬੰਦੇ ਤਾਂ ਪਰੇਸ਼ਾਨ ਹੈਗੇ ਕਿ ਮੱਛੀਆਂ ਪਰੇਸ਼ਾਨ? ਬਿਲਕੁਲ ਬਿਲਕੁਲ ਸਰ, ਉੱਥੇ ਖੜਨਾ ਔਖਾ ਬਿਲਕੁਲ। ਆ ਬਾਜ਼ਾਰ ਦਾ ਤੁਸੀਂ ਐਂਟਰੀ ਦਾ ਹਾਲ ਦੇਖ ਲਓ ਜੀ, ਬਾਜ਼ਾਰ ਸਟਾਰਟ ਹੋਇਆ ਜੀ। ਪਰ ਦੇਖੋ ਮੱਖੀਆਂ
ਮੱਛਰ ਕਿਵੇਂ ਉੱਥੇ? ਜੇ ਤੁਸੀਂ ਆ ਬਾਥਰੂਮ ਦੇ ਦੇਖੋ ਇੱਥੇ ਖੜੇ ਦੀ ਸਮੈਲ ਕਿੰਨੀ ਆ, ਪਾਈਪ ਟੁੱਟੇ ਕਦੇ ਰਿਪੇਅਰ ਨਹੀਂ, ਆਪ ਜਿਹੜੇ ਆਂਟੀ ਆ ਸਵੇਰੇ ਸ਼ਾਮੇ ਪਾਣੀ ਸੁੱਟ ਦਿੰਦੇ ਆ। ਨਗਰ ਕੌਂਸਲ ਹੈ ਰਹੋ ਜੋ? ਨਗਰ ਕੌਂਸਲ ਹੈਗੀ ਅਸਲ ਫੋਨ ਚ ਹੈਗੀ ਬਈ, ਬਿਲਕੁਲ ਫੋਨ ਚ ਹੈਗੀ, ਨਹੀਂ ਹੋਣ ਚ ਨਹੀਂ ਲੱਗ ਰਹੀ। ਜਿੰਨਾ ਮਰਜ਼ੀ ਫੋਨ ਕਰ ਲਓ ਸਰ, ਰਾਹੋਂ ਦੇ ਅੱਡੇ ਤੋਂ ਲੈ ਕੇ ਫਲੋਰ ਚੌਂਕ ਤੱਕ ਝਾੜੂ ਮਾਰੇ ਨੂੰ ਕਿਸੇ ਦੁਕਾਨਦਾਰ ਨੂੰ ਪੁੱਛ ਲਓ, ਦੋ ਦੋ ਮਹੀਨੇ ਹੋ ਗਏ ਆ। ਆ ਹੁਣ ਪਰਸੋਂ ਝਾੜੂ ਮਰਵਾਇਆ, ਅੱਜ ਫਿਰ ਦੁਕਾਨਦਾਰ ਦਾ ਸੈਲਰੀ ਦਾ ਇਸ਼ੂ ਆ। ਇਸ਼ੂ ਕੀ ਆ? ਸੈਲਰੀ ਦਾ ਤਾਂ ਹਰ ਵਾਰ ਹੁੰਦਾ, ਹੁਣ ਵੀ ਵਿਚਾਰੀ ਜਿਹੜੀ ਕੰਮ ਵਾਲੀ ਆ, ਅੱਜ ਸਵੇਰੇ ਜਿਹੜੀ ਝਾੜੂ ਮਾਰ ਕੇ ਜਾਂਦੀ ਆ, ਉਹ ਕਹਿੰਦੀ 3 ਮਹੀਨੇ ਫਿਰ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ। ਅੱਛਾ, ਤੁਹਾਨੂੰ ਸੈਲਰੀਜ਼ ਨਹੀਂ ਮਿਲਣੀ? ਨਹੀਂ ਮਿਲਣੀ। 3 ਮਹੀਨੇ ਹੋ ਗਏ ਜੀ, ਫਿਰ ਦੁਬਾਰਾ ਦੁਕਾਨਦਾਰ ਕੋ 170 ਰੁਪਏ ਮਹੀਨਾ ਕੱਟਦੇ ਕੱਟਦੇ ਆ। ਹਰੇਕ ਝਾੜੂ ਵੱਜੇ, ਗੰਦ ਚੱਕ ਹੋਵੇ ਨਾ ਹੋਵੇ, ਮਤਲਬ ਇਨਕਮਿੰਗ ਹੈ ਕਿ ਆਊਟਗੋਇੰਗ ਹੈ ਨਹੀਂ। ਹਾਂ, ਔਰ ਜੇ ਦੁਕਾਨਦਾਰ ਨਹੀਂ ਦਿੰਦਾ, ਜੇ ਕੋਈ ਚੀਜ਼ ਲੈਣੀ ਆ, ਉਹ ਸਾਰਾ ਇਹਦਾ ਸਰ ਪਾਣੀ ਦਰਿਆ ਬਣ ਜਾਂਦਾ ਜੀ ਇੱਥੇ। ਇਹ ਤਾਂ ਫੇਰ ਬਾਹਰ ਆਊਗਾ ਥੋੜਾ? ਹਾਂਜੀ ਹਾਂਜੀ, ਦਰਿਆ ਬਣ ਜਾਂਦਾ ਸਰ ਪੂਰਾ ਭਾਜੀ। ਜਿੱਦਣ ਮੀਂਹ ਪਿਆ ਤੁਸੀਂ ਦੱਸਿਓ, ਬੋਰ ਲੈ ਕੇ ਆਣਾ ਪੈਣਾ, ਨਾਲ ਕੰਮ ਪੂਰੀ ਹੁੰਦੀ ਹੈ। ਅੱਛਾ, ਉਧਰੋਂ ਗਾਹਕ ਖੜਾ ਹੋਵੇ ਉਧਰ, ਤੁਸੀਂ ਕਹੋ ਕਿ ਹੁਣ ਮੈਂ ਨਾਲਾ ਕੱਢ ਲਵਾਂ ਪਹਿਲਾਂ? ਸਰ ਗਾਹਕ ਲੰਘਣਾ ਹੀ ਨਹੀਂ ਇੱਥੋਂ ਜੀ, ਪਾਣੀ ਸਾਰਾ ਸੜਕ ਤੇ ਖੜੇ ਜਾਣਾ ਦੋ ਪੂਰਾ, ਬਹੁਤ ਮੁਸ਼ਕਿਲ ਹੈ ਜੀ। ਉਹ ਅੱਡਾ ਉੱਚਾ ਜੀ, ਬਾਜ਼ਾਰ ਨੀਵਾਂ, ਜਦੋਂ ਅੱਛਾ ਮੈਂ ਤਾਂ ਹੀ ਕਹਾਂ ਸਾਡੇ ਲੀਡਰ ਹੈ ਕਿ ਉਹਨੇ ਨਵਾਂ ਸ਼ਹਿਰ ਬਹੁਤ ਤਰੱਕੀ ਕਰ ਗਿਆ, ਉਹ ਰਾਹੋਂ ਨਾਲ ਕੰਪੇਅਰ ਕਰਦੇ ਆ। ਕਮੇਟੀ ਦਾ ਹਾਲ ਹੀ ਇਹੀ ਹੈ, ਰਾਹੋਂ ਨਾਲ ਵੀ ਇਹ ਹਿਸਾਬ ਨਾਲ ਪਿੰਡ ਵੀ ਬਹੁਤ ਤਰੱਕੀ ਕਰ ਗਿਆ। ਸਰ ਤੁਸੀਂ ਆ ਦੇਖੋ, ਉਹ ਪਰਲੇ ਪਾਸੇ ਹਸਪੀਟਲ ਆ ਸਿੱਧੂ ਦਾ, ਉੱਥੇ ਗੰਦ ਦੇਖ ਲਓ, ਟਰਾਲੀ ਪਈ ਹੋਣੀ ਪੂਰੀ ਗੰਦ ਦੀ, ਠੀਕ ਹੈ। ਅੱਜ ਜੇ ਚੱਕ ਲਿਆ ਤਾਂ ਹਫ਼ਤੇ ਬਾਅਦ ਫਿਰ ਉਹੀ ਹਾਲ ਹੈ ਜੀ। ਔਰ ਡੇਂਗੂ ਜਿਹੜੇ ਮਰਜ਼ੀ ਹਸਪੀਟਲ 'ਚ ਚਲ ਜਾਓ, ਸਾਰੇ ਬੈੱਡ ਫੁੱਲ ਹੋ ਗਏ ਰਾਹੋਂ ਦੇ ਵਿੱਚ, ਔਰ ਇੰਨਾ ਕੁ ਬੁਰਾ ਹਾਲ ਹੈ, ਇੰਨਾ ਬੁਰਾ ਹਾਲ ਡੇਲੀ ਦਾ ਰਾਹੋਂ ਦਾ, ਰਿਐਲਿਟੀ ਆ। ਫਿਰ ਤੋਂ ਡੇਂਗੂ ਨਾ ਆਵੇ ਤਾਂ ਕੀ ਆਵੇ ਜੀ, ਤੁਸੀਂ ਦੱਸ ਦਿਓ ਸਰ। ਖਲਾਰਾ ਹੀ ਗੰਦ, ਡੇਂਗੂ ਵੀ ਤੰਗ ਹੋ ਕੇ ਆਉਣਾ, ਕਹਿੰਦਾ ਮੇਰੇ ਜਾਣ ਦਾ ਟਾਈਮ ਤੁਸੀਂ ਸੱਦੀ ਜਾਂਦੇ ਹੋ, ਹਨਾ ਆਮੂ ਮਨੇ ਹੁੰਦੇ, ਡੇਂਗੂ ਹਟ ਜਾਂਦਾ ਨੋਰਮਲੀ ਭਾਜੀ। ਨੋਰਮਲ 500 ਕੇਸ ਭਾਜੀ ਡੇਲੀ ਦਾ ਨਿਕਲਦਾ ਵਾ ਰਾਹੋਂ ਦਾ, ਬਹੁਤ ਬੁਰਾ ਬਹੁਤ ਰਾਹੋਂ ਦਾ ਨਿਕਲਦਾ ਨਾਲ ਭਾਜੀ। ਖਲਾਰਾ ਦੇਖੋ ਭਾਜੀ ਗੰਦ, ਤੁਸੀਂ ਬਾਜ਼ਾਰ ਦੇ ਵਿੱਚ ਐਂਟਰੀ ਦੇ ਵਿੱਚ ਇੰਨਾ ਗੰਦ ਤਾਂ ਦੇਖਿਆ, ਅੱਗੇ ਵੀ ਖਲਾਰਾ ਹੋਰ ਦੇਖਾਂਗੇ ਆਪਾਂ ਜੀ ਜੀ। ਪਰ ਜਿਵੇਂ ਗਾਬਾ ਸਾਹਿਬ ਨੇ ਗੱਲ ਕੀਤੀ ਹੈ, ਬਹੁਤ ਦਿੱਕਤ ਹੈ, ਮੁਸੀਬਤ ਬਹੁਤ ਜ਼ਿਆਦਾ ਹੈ। ਦੇਖੋ ਇਹਨਾਂ ਦੀ ਦੁਕਾਨ ਦੇ, ਆਪਾਂ ਦੇਖੋ ਇੱਧਰਲੇ ਪਾਸੇ ਸਾਹਿਬ ਵੀ ਨਾਲਾ ਦਿਖਾ ਦਿਓ, ਕਿੱਦਾਂ ਪਾਣੀ ਆ ਰਿਹਾ ਅਤੇ ਉੱਥੇ ਆ ਕੇ ਜਮ੍ਹਾਂ ਹੋ ਜਾਂਦਾ ਮੂਹਰੇ। ਕਹਿੰਦੇ ਗਾਹਕ ਨੂੰ ਇਹ ਕਹਿਣਾ ਪੈਂਦਾ ਸਮਾਨ ਬਾਅਦ 'ਚ ਦਿਖਾਉਂਦੇ ਹਾਂ, ਪਹਿਲਾਂ ਮਾੜਾ ਜਿਹਾ ਗਟਰ ਸਾਫ਼ ਕਰ ਲਈਏ। ਦੇਖੋ ਇੱਕ ਚੀਜ਼ ਚਲੋ ਉਹਨਾਂ ਨੇ ਪਿੱਛੇ ਕਿਹਾ ਕਿ, ਪਰ ਇਹ ਦੁਕਾਨ ਵਾਲੇ ਦੀ ਗੱਲ ਕਰਨੀ, ਉਹਨਾਂ ਨੇ ਜਗ੍ਹਾ ਸੜਕ 'ਤੇ ਨਹੀਂ ਘੇਰੀ, ਬਿਲਕੁਲ ਪਿੱਛੇ ਆ, ਇਹ ਚੀਜ਼ ਹੈਗੀ ਆ। ਔਰ ਇਹਨਾਂ ਦੇ ਥੱਲੇ ਵੀ ਪਾਣੀ ਬਹੁਤ ਸਾਰਾ ਹੈਗਾ, ਦਿਖਾਈ ਇਹਦੇ ਕਿਹੜਾ ਕਲਰ ਹੈ, ਇਹ ਕਾਲਾ ਹੋ ਗਿਆ, ਇਹ ਫਿਲਟਰ ਹੋ ਕੇ ਅੱਗੇ ਜਾਂਦਾ, ਇੱਥੇ ਕਾਲਾ ਅੱਗੇ ਜਾ ਕੇ ਨੀਲਾ ਹੋ ਜਾਂਦਾ, ਉੱਧਰ ਕੱਚੀ ਲੱਸੀ ਵਾਲਾ ਰੰਗ ਆ, ਆਹ ਦਿਖਾਈ ਜਰਾ ਇੱਧਰ ਵਿੱਚ ਵੱਖੋ ਵੱਖ ਰੰਗ ਦੇ ਗਟਰ ਆ, ਉਹ ਠੀਕ ਹੈ ਠੀਕ ਠਾਕ ਆ ਮੇਰੇ ਪੇਂਡੂ, ਉਹ ਬਸ ਇਹ ਮੇਰਾ ਪੇਂਡੂ ਆ, ਠੀਕ ਹੈ ਠੀਕ ਹੈ। ਸਮਾਨ ਸੁਣ ਲੈਣਾ ਇੱਧਰ ਆ ਗਏ ਹੁਣ, ਓਕੇ ਓਕੇ, ਪਿੰਡ ਛੱਡਦਾ ਚਲੋ ਚਲੋ ਠੀਕ ਠੀਕ ਹੈ ਵੀਰੇ, ਬਹੁਤ ਵਧੀਆ ਬਹੁਤ ਠੀਕ ਹੈ ਮੇਰਾ ਪੇਂਡੂ। ਤੇ ਆਹ ਵੀ ਆਪਾਂ ਪਿਛਲੀ ਵਾਰ ਆਏ ਸੀ, ਪਰਪਲ ਰੰਗ ਆ ਗਿਆ ਬੱਲੇ, ਉਹ ਤੁਹਾਡੇ ਰਾਹੋਂ ਵਾਲੇ ਹੋ ਹੈ ਬਈ, ਕਹਿੰਦਾ 12 ਦੇ 12 ਰੰਗ ਗਟਰਾਂ 'ਚ ਦਿਖਾ ਦੇਣੇ ਆ, ਮਤਲਬ ਨਾਲਿਆਂ 'ਚ। ਪਹਿਲਾਂ ਆਹ ਪਰਪਲ ਆ ਜੀ, ਥੋੜ੍ਹਾ ਅੱਗੇ ਜਾ ਕੇ ਕੱਚੀ ਲੱਸੀ ਵਾਲਾ ਆ, ਇੱਧਰ ਹਰਾ ਸੀਗਾ ਕਿਹੜਾ ਸੀ, ਬਲਿਊ ਹਰਾ ਸੀ, ਉੱਥੇ ਬਲਿਊ ਆ, ਇੱਧਰ ਕੋਈ ਹੋਰ ਰੰਗ ਸੀ, ਕਿਹੜਾ ਰੰਗ ਸੀ, ਕਾਲਾ ਕਾਲਾ ਕਾਲਾ
ਕੋਈ ਰੰਗ ਨਹੀਂ ਕਹਿੰਦੇ ਛੱਡਣਾ, ਸਾਰੇ ਰੰਗ ਤੁਹਾਨੂੰ ਦਿਖਾ ਦੇਣੇ, ਸਾਰੇ ਨਾਲੇ ਜਿਹੜੇ ਆ ਵੱਖੋ ਵੱਖ ਰੰਗ ਪੇਸ਼ ਕਰ ਰਹੇ ਆ। ਦੇਖੋ ਆਹ ਰੇਹੜੀ ਵਾਲੇ ਬੇਸ਼ੱਕ ਕਹਿੰਦੇ ਪਰ ਪਿੱਛੇ ਆ, ਵੈਰੀ ਗੁੱਡ, ਸੜਕ 'ਤੇ ਨਹੀਂ ਹੈਗੇ, ਪਿੱਛੇ ਆ, ਬਿਲਕੁਲ ਸਾਈਡ, ਗੁੱਡ ਗੁੱਡ। ਦੇਖੋ ਕੰਮ ਤਾਂ ਸਾਰਿਆਂ ਨੇ ਕਰਨਾ, ਪਰ ਤੁਸੀਂ ਸੜਕ 'ਤੇ ਨਹੀਂ, ਸੜਕ ਤੋਂ ਪਿੱਛੇ ਬਹੁਤ ਚੰਗੀ ਗੱਲ ਹੈ, ਪਿਛਲੇ ਪਾਸੇ ਵੀ ਮੱਛਰ ਪਿਆ ਸਾਰਾ ਜੀ। ਸਿਹਤ ਵਿਭਾਗ ਸਾਡੇ ਘਰਾਂ ਦੇ ਫਰਿੱਜਾਂ ਵਿੱਚ ਜਾ ਕੇ ਚੈੱਕ ਕਰਨਗੇ, ਜਿਹੜੇ ਗਲੀਆਂ ਦੇ ਵਿੱਚ ਨਾਲੀਆਂ ਵਿੱਚ ਪਾਣੀ ਖੜਾ ਛੱਪੜ ਲੱਗੇ, ਉਹਨਾਂ ਬਾਰੇ ਕੋਈ ਗੌਰ ਕਰ। ਇਹ ਤਾਂ ਨੀ ਕਿਤੇ ਸਿਹਤ ਵਿਭਾਗ ਨੂੰ ਕਹਿੰਦੇ ਪਹਿਲਾਂ ਉਹ ਖਤਮ ਕਰੋ ਜੀ, ਫੇਰ ਖਤਮ ਹੋਣਾ, ਇਹ ਤਾਂ ਹੁਣ ਤੁਸੀਂ ਜਾਣੋ ਜਦੋਂ ਸਿਹਤ ਵਿਭਾਗ ਜਾਣੇ ਦੀ। ਦੇਖੋ ਕਿੱਡੀ ਪਤੇ ਦੀ ਗੱਲ ਕੀਤੀ ਅੰਕਲ ਹੁਣੀ, ਕਹਿੰਦੇ ਕਿ ਸਿਹਤ ਵਿਭਾਗ ਘਰਾਂ ਦੀਆਂ ਫਰਿੱਜਾਂ ਤੱਕ ਤਾਂ ਫਰੋਲ ਦਿੰਦੇ ਆ, ਫਿਰ ਉੱਥੇ ਚਲਾਣ ਕੇ ਵੇਲੇ ਕੱਟੋ, ਇਹਨਾਂ ਦੀ ਸਫਾਈ ਨਹੀਂ ਰੱਖਦੇ, ਇਹਦਾ ਚਲਾਣ ਕੌਣ ਕੱਟੂ? ਕੋਈ ਚਲਾਣੇ ਨਹੀਂ ਕੱਟਦਾ ਜੀ, ਇਹਦਾ ਕੋਈ, ਚਲੋ ਤੁਹਾਡੇ ਘਰ ਦੇ ਵਿੱਚੋਂ ਗੋਡੇ ਗੋਡੇ ਆਪਣੇ ਬੰਦ ਕਰਦੇ, ਗੋਡੇ ਗੋਡੇ ਪਾਣੀ ਲੰਘ ਕੇ ਜਾਂਦੇ, ਉੱਥੇ ਵੀ ਕੋਈ ਚਲਾਣ ਨਹੀਂ ਕੱਟਦਾ ਹੈਗਾ, ਹਾਂ ਇਹਦਾ ਚਲਾਣ ਕੌਣ ਕੱਟੂ? ਜੀ ਜੀ ਜੀ, ਆ ਜਾਓ ਬਾਹਰ, ਆ ਜਾਓ ਸਰ ਬਾਹਰ, ਆ ਜਾਓ, ਆ ਜਾ ਵੀਰੇ, ਆ ਜਾ ਆ ਜਾ, ਇਹ ਜਵਾਨੀ ਉਮਰ ਹੀ ਏਦਾਂ ਦੀ ਹੈ ਯਾਰ, ਬ੍ਰੇਕ ਲੱਗਦੀ ਨਹੀਂ। ਹਾਂਜੀ ਆਓ ਸਭੀ ਕਰੀ ਮੈਨੂੰ ਮਾਈਕ ਜੀ ਜੀ ਜੀ, ਇਹ ਵੀਡੀਓ ਦੇਖਦੇ ਹੋਣੇ ਜੀ, ਤੁਹਾਡੇ ਸ਼ਹਿਰ ਦੇ ਪ੍ਰਬੰਧਕ ਵੀ ਦੇਖ ਰਹੇ ਹੋਣੇ ਆ। ਚਲੋ ਅਸੀਂ ਤਾਂ ਪਹਿਲਾਂ ਅਪੀਲ ਕਰੀਏ ਜੀ, ਜੀ ਜੀ ਬੇਨਤੀ, ਦੁਕਾਨਦਾਰ ਦੀ ਬੇਨਤੀ, ਜੀ ਜੀ ਆ ਜਾਓ, ਠੀਕ ਹੈ ਜੀ, ਪਿੱਛੇ ਵੀ ਗੰਦਗੀ ਕਹਿੰਦੇ ਬਹੁਤ ਹੈ, ਔਰ ਇੱਧਰ ਵਾਸ਼ਰੂਮ ਵਾਲੇ ਪਾਸੇ ਵੀ ਕਹਿੰਦੇ ਬਹੁਤ ਸਾਰੀ ਦਿੱਕਤ ਹੈ, ਆ ਜਾਓ ਜੀ, ਆ ਲਓ, ਧੰਨਵਾਦ ਧੰਨਵਾਦ, ਆਹ ਦੇਖੋ ਲੈ ਫੁੱਲ ਵੀ ਰੱਖੇ ਆ, ਹਫ਼ਤੇ ਦੇ ਫੁੱਲ ਪਏ ਆ, ਲਓ ਜੀ ਆਹ ਕੇਲੇ ਵੀ ਪਏ ਅੱਧੀ ਛਿਲਕੇ, ਹਫ਼ਤੇ ਦਾ ਹੀ ਕਹਿੰਦੇ ਪਿਆ, ਆਹ ਫੁੱਲ ਵੀ ਰੱਖੇ ਆ, ਦਿਖਾਈ ਵਿਜੇ, ਆਹ ਵੀ ਚਲਾਣ ਕੋਈ ਕੱਟ ਦੋ, ਫੁੱਲ ਵੀ ਨੀ ਚੱਕੇ ਆ, ਹਾਸੇ ਨਾਲ ਸੀ ਸੱਜਣ ਨੇ ਫੁੱਲ ਮਾਰਿਆ, ਗੋਰੀ ਗੱਲ ਹੀ ਉੱਤੇ ਨੀਲ ਪਿਆ, ਇਹ ਤਾਂ ਸੜਕ ਤੇ ਨੀਲ ਪਿਆ, ਇੱਧਰ ਰੰਗ ਕੁਛ ਹੋਰ ਹੋ ਗਿਆ, ਬੱਲੇ ਹੋ ਤੁਹਾਡੇ ਰਾਹ ਵਾਲੇ ਹੋ, ਹੈ ਇਹ ਅਜੂਬਾ ਹੀ ਪੇਸ਼ ਕਰਦੇ ਆ, ਲੈ ਇੱਧਰ ਵੀ ਪਰਪਲ ਆ, ਠੀਕ ਹੋ ਜੀ, ਨਮਸਤੇ ਜੀ ਬਈ, ਉਹ ਪਰਸਨਲ ਗੱਲ ਹੈ, ਆਪਾਂ ਉਹਦੇ 'ਚ ਇੰਟਰਫੇਅਰ ਨਹੀਂ ਕਰ ਸਕਦੇ, ਜਿਹੜਾ ਕਹਿੰਦੇ ਆਓ ਜੀ ਆਓ, ਲਓ ਐਨ ਜਿਹੜੇ ਨਾਲੇ ਆ ਭਰੇ ਪਏ ਆ, ਵਧੀਆ ਵਧੀਆ, ਤੁਹਾਡਾ ਰਾਹੋਂ ਦਿਖਾਉਣ ਆਏ ਜੀ, ਚਲੋ ਉਹ ਬਿਜ਼ੀ ਨੇ ਮੇਰੇ ਖਿਆਲ, ਆਵਾਜ਼ ਉਹਨਾਂ ਨੇ ਮਾਰੀ ਸੀਗੀ, ਮੁੜ ਕੇ ਆ ਕਹਿੰਦੇ ਬਾਬਾ ਜੀ ਕਿੱਦਾਂ? ਮਾਲਕ ਦੀ ਕਿਰਪਾ, ਹੋਰ ਜੀ ਲਓ ਜੀ, ਇੱਥੇ ਥੋੜ੍ਹਾ ਨਾਲਾ ਲੁੱਕ ਜਾਂਦਾ, ਫਿਰ ਕਲਰ ਪਤਾ ਨਹੀਂ ਲੱਗਦਾ, ਥੋੜ੍ਹੀ ਕੁ ਅੱਗੇ ਜਾ ਕੇ ਕਲਰ ਚੇਂਜ ਹੋ ਜਾਣਾ, ਇੱਧਰ ਸਫਾਈ ਹੈਗੀ ਆ, ਪਰ ਮੇਰਾ ਖਿਆਲ ਗੱਡੀ ਤਾਂ ਇੱਧਰ ਵੀ ਨਹੀਂ ਆ ਸਕਦੀ ਨਾ, ਜਿੱਦਾਂ ਆਪਣੇ ਸ਼ਹਿਰ 'ਚ ਡਿਫੀਕਲਟ ਹੈ, ਮਾਈਕ ਉੱਤੇ ਰੱਖਣਾ ਥੱਲੇ, ਹਾਂ ਪਰ ਹੋਰ ਜੀ ਠੀਕ ਠਾਕ, ਪਰ ਇੱਕ ਗੱਲ ਹੈਗੀ ਆ, ਜਿੰਨਾ ਆਪਣੇ ਸ਼ਹਿਰ 'ਚ ਘੇਰਿਆ ਨਾ, ਚਲੋ ਇਹਨਾਂ ਨੇ ਥੜੀਆਂ ਇਹਨਾਂ ਨੇ ਬਣਾਈਆਂ ਹੋਈਆਂ, ਪਰ ਥੜੀਆਂ ਤੋਂ ਬਾਹਰ ਸਮਾਨ ਬਹੁਤ ਘੱਟ ਜਾਣਿਆਂ ਦੇ ਆ। ਹੋਰ ਜੀ ਬਾਈ ਨਮਸਕਾਰ, ਮਿਹਰਬਾਨੀ ਜੀ, ਗੰਦਗੀ ਦਿਖਾ ਰਹੇ ਸੀ, ਸ਼ਾਇਦ ਨਗਰ ਕੌਂਸਲ ਜਾ ਕੇ, ਇੰਨਾ ਇੱਥੇ ਚੰਗੀ ਗੱਲ ਹੈਗੀ ਆ ਕਿ ਥੜੀਆਂ ਤੋਂ ਜ਼ਿਆਦਾ ਬਾਹਰ ਨਹੀਂ ਘੇਰਿਆ, ਲਓ ਜੀ ਉਹ ਦੇਖ, ਹੁਣ ਆ ਗਰੀਬ ਬੰਦਾ ਕੀ ਕਰੂ, ਜੇ ਚਾਰ ਪੈਸੇ ਘਰ ਲੈ ਵੀ ਜਾਓ ਸ਼ਾਮ ਨੂੰ ਤਾਂ ਗੰਦਗੀ ਤੋਂ ਕਿੱਦਾਂ ਬਚੂਗਾ,
ਬਿਮਾਰੀਆਂ ਵੀ ਨਾਲ ਲੱਗਣੀਆਂ ਸੁਣੀ ਸਾਹਿਬ ਗੱਲ ਤਾਂ ਉਹੀ ਹੈ ਨਾ ਉਹ ਦੇ ਤਾ ਗਰੀਬ ਬੰਦਾ ਕੀ ਕਰੂ ਆ ਗੰਦਗੀ ਕਰ ਬਾਪੂ ਦੇ ਮੋਹਰੇ ਮਾਈਕ ਇਹ ਕਿੰਨੇ ਦਿਨ ਹੋ ਗਏ ਇੱਥੇ ਪਿਆ ਕਿੰਨੇ ਦੀ ਆ ਉਹਦੀ ਘਟਾਲਾ ਥੋੜੇ ਜੇ ਹੈ ਚਲੋ ਵੀ ਇਹ ਮੁੰਡੇ ਤੋਂ ਆ ਕੇ ਸਮਾਨ ਤੁਸੀਂ ਜ਼ਰੂਰ ਖਰੀਦ ਕੇ ਜਾਇਓ ਦੇਖੋ ਕਿੰਨੀ ਜ਼ਿਆਦਾ ਹੋਰ ਜੀ ਬਲੋਕੇਜ ਬੜੀ ਆ ਬਲੋਕੇਜ ਨਾਲੇ ਦੀ ਬਲੋਕੇਜ ਕੱਢਦੇ ਫੇਰ ਹੋ ਜਾਂਦੀ ਆ ਨੱਕ ਨੁੱਕ ਚੱਲਦੇ ਕਿ ਖਤਮ ਹੋ ਗਏ ਪਿੱਛੇ ਤਾਂ ਕਹਿੰਦੇ ਖਤਮ ਹੋ ਗਏ ਚਲੋ ਠੀਕ ਹੈ ਜੀ ਕਹਿੰਦੇ ਆਉਂਦੇ ਆ ਸਫਾਈ ਵਾਲੇ ਆਉਂਦੇ ਆ ਹਾਲਾਂਕਿ ਸੈਲਰੀ ਦਾ ਇਸ਼ੂ ਆ ਪਿੱਛੇ ਦੱਸਿਆ ਠੀਕ ਹੈ ਜੀ ਠੀਕ ਹੈ ਜੀ ਸੈਲਰੀ ਦਾ ਕਹਿੰਦਾ ਉਹ ਦਿਖਾ ਕੇ ਨਾ ਵੀਜੇ ਬਹੁਤ ਬੁਰਾ ਹਾਲ ਹੈ ਬਈ ਅਸੀਂ ਤਾਂ ਨਵੇਂ ਸ਼ਹਿਰ ਦੀ ਗੱਲ ਕਰਦੇ ਹਾਂ ਇਹਦੇ ਹਿਸਾਬ ਨਾਲ ਤਾਂ ਨਵਾਂ ਸ਼ਹਿਰ ਬਹੁਤ ਠੀਕ ਆ ਉਹ ਦੇਖ ਸਫਾਈ ਵਾਲੇ ਪਰ ਨਾਲ ਦੀ ਨਾਲ ਆਪਾਂ ਇਹ ਵੀ ਦੇਖੀ ਜਾਈਏ ਹੋਰ ਜੀ ਭਾਅ ਜੀ ਪਲਾਸਟਿਕ ਚਲੋ ਹਾਂਜੀ ਜੀ ਜੀ ਸ਼ੁਕਰੀਆ ਸ਼ੁਕਰੀਆ ਭਾਅ ਜੀ ਇੱਕ ਚੀਜ਼ ਨੋਟਿਸ ਕਰਨ ਵਾਲੀ ਆ ਉਹ ਜਿਵੇਂ ਕਿਹਾ ਕਹਿੰਦੇ ਕਿ ਸਫਾਈ ਵਾਲੇ ਸਫਾਈ ਕਰਕੇ ਜਾਂਦੇ ਲੇਕਿਨ ਉਸ ਵਕਤ ਪਲਾਸਟਿਕ ਬਹੁਤ ਹੈ ਚਿਪਸ ਚੁਪਸ ਦੇ ਪੈਕਟ ਬਹੁਤ ਆ ਗਲਾਸ ਜਿਹੜੇ ਆ ਉਹ ਬਹੁਤ ਆ ਤਾਂ ਇਹ ਵੀ ਇਹਨਾਂ ਨੂੰ ਉਹ ਦੇਖਾ ਬੰਦੇ ਨੇ ਵਧੀਆ ਕੰਮ ਕੀਤਾ ਇਹਨਾਂ ਨੇ ਬਾਲਟੀ ਰੱਖੀ ਹੋਈ ਹੈ ਕੂੜੇ ਵਾਲੀ ਨਮਸਤੇ ਸਰ ਠੀਕ ਠਾਕ ਮਿਹਰਬਾਨੀ ਸਰ ਹਾਂਜੀ ਹਾਂਜੀ ਠੀਕ ਹੈ ਜੀ ਕੀ ਤੁਹਾਡਾ ਨਾਮ ਕੀ ਹੈ ਜੀ ਅਮਰੀਕ ਸਿੰਘ ਜੀ ਬਹੁਤ ਵਧੀਆ ਕੁਛ ਕਹਿਣਾ ਚਾਹੋ ਜੀ ਨਹੀਂ ਬਸ ਰਾਮ ਦੀ ਸਫਾਈ ਬਹੁਤ ਵਧੀਆ ਚੱਲ ਰਹੀ ਹੈ ਕੋਈ ਐਸੀ ਗੱਲ ਨਹੀਂ ਇਹ ਸਫਾਈ ਬਾਰੇ ਗੱਲ ਕਰ ਰਹੇ ਹੋ ਤਾਂ ਇਹ ਤੁਸੀਂ ਵਿਅੰਗ ਕੀਤਾ ਨਹੀਂ ਵਿਅੰਗ ਨਹੀਂ ਕੀਤਾ ਸਹੀ ਹੈ ਜੇ ਸਹੀ ਹੈ ਖਰਾਬ ਕੀ ਹੁੰਦਾ ਸਾਡੇ ਬਾਜ਼ਾਰ ਦਾ ਰੋਜ਼ ਦੇਖੋ ਜੀ ਦਿਲ ਹੀ ਆਉਂਦੇ ਆ ਕੂੜਾ ਚੱਕ ਹੁੰਦਾ ਬਿਲਕੁਲ ਠੀਕ ਹੈ ਅੱਗੇ ਨਹੀਂ ਹੈਗਾ ਅੱਗੇ ਦਾ ਤੁਹਾਨੂੰ ਪਤਾ ਨਹੀਂ ਸਾਡੇ ਆਸ-ਪਾਸ ਜਿਹੜਾ ਫੋਗਿੰਗ ਵੀ ਵਗੈਰਾ ਹੁੰਦੀ ਹੈ ਸਾਰਾ ਕੁਝ ਠੀਕ ਹੈ ਜੀ ਤੁਸੀਂ ਸੈਟੀਸਫਾਈਡ ਬਿਲਕੁਲ ਚਲੋ ਠੀਕ ਹੈ ਜੀ ਦੁਨੀਆ ਰੰਗ ਬਰੰਗੀ ਹੈ ਇਹ ਸੈਟੀਸਫਾਈ ਮੈਂ ਠੀਕ ਹੈ ਜੀ ਠੀਕ ਹੈ ਜੀ ਮੈਂ ਜਿਵੇਂ ਕਿਹਾ ਕਿ ਇੱਧਰ ਦੇਖੋ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬਾਲਟੀ ਰੱਖੀ ਹੋਈ ਕਿ ਕੂੜਾ ਉਹਦੇ ਵਿੱਚ ਥੱਲੇ ਨਹੀਂ ਬਹੁਤ ਚੰਗੀ ਗੱਲ ਹੈ ਜੀ ਮਿਹਰਬਾਨੀ ਸਰ ਮਿਹਰਬਾਨੀ ਤਾਂ ਇੱਧਰ ਅੰਕਲ ਜੀ ਉਹਨਾਂ ਨੇ ਗੱਲ ਦੱਸੀ ਆ ਕਹਿੰਦੇ ਪ੍ਰੋਪੋਗੰਡਾ ਕੋਈ ਨਹੀਂ ਸਫਾਈ ਵਾਲੇ ਰੋਜ਼ਾਨਾ ਆਉਂਦੇ ਆ ਪਰ ਪਿੱਛੇ ਉਹਨਾਂ ਨੇ ਕਿਹਾ ਸੀ ਕਹਿੰਦੇ ਬਿਲਕੁਲ ਸੈਲਰੀ ਦਾ ਇਸ਼ੂ ਵੀ ਚੱਲ ਰਿਹਾ ਹੈ ਨਾ ਤਾਂ ਇੱਧਰ ਸਾਫ਼ ਹੈ ਦੇਖੋ ਅੰਕਲ ਉਹਨਾਂ ਦੀ ਗੱਲ ਸਹੀ ਹੈ ਆਹ ਲਓ ਪਰ ਗੱਡਰ ਇੱਧਰ ਵੀ ਰੰਗ ਬਰੰਗਾ ਹੀ ਹੈ ਸੋਰੀ ਨਾਲਾ ਪਰਪਲ ਹੈ ਉਹ ਮੱਲੀ ਆ ਜਾ ਪਹਿਲਾਂ ਆ ਜਾ ਹੋਰ ਜੀ ਡਾਕਟਰ ਬਾਹਰੇ ਹੀ ਬਾਹਰ ਕੌਮ ਬੰਦੇ ਆ ਹੋਰ ਕਿੱਦਾਂ ਠੀਕ ਹੈ ਕਿਵੇਂ ਹਾਲ ਹੈ ਮਲਬੁਰ ਵਾਲੇ ਨੂੰ ਵੀ ਪਛਾਣ ਦੇ ਕਿਵੇਂ ਛਾਣ ਤੁਸੀਂ ਮਲਬੁਰ ਦੇ ਜੀ ਕਿੱਦਾਂ ਜੀ ਸਾਡਾ ਤਾਂ ਲੱਭਾ ਦੀਸ ਰਾਜ ਉਹਨਾਂ ਤੋਂ ਲੈ ਕੇ ਹੁੰਦਾ ਤੇ ਚਲੋ ਲਾਈਵ ਚੱਲ ਰਿਹਾ ਜੀ ਫਿਰ ਠੀਕ ਹੈ ਜੀ ਬੈਠੋ ਤੁਸੀਂ ਬਸ ਇੱਧਰ ਹਾਲਾਤ ਠੀਕ ਹੈ ਜੀ ਸਫਾਈ ਦੇ ਚਲੋ ਠੀਕ ਹੈ ਜੀ ਠੀਕ ਹੈ ਮੈਂ ਅੱਜ ਆਉਂਦਾ ਤੂੰ ਬਾਹਰ ਕੰਮ ਨਹੀਂ ਕੋਈ ਨਾ ਪਤਾ ਨਾਲ ਲੈ ਜਾਣਾ
ਇਹ ਸਾਡੇ ਮੱਲੀ ਅੰਕਲ ਜੀ ਆ ਜੀ, ਪਿਛਲੇ 30 ਸਾਲ ਤੋਂ ਸਾਡੀ ਜਿੰਦ ਜਾਣ ਬਣੇ ਹੋਏ ਆ। ਠੀਕ ਆ ਨਾ, ਮਾਰੀ ਗੱਲ ਨਹੀਂ, ਚਲੋ ਠੀਕ ਹੈ, ਮਿਹਰਬਾਨੀ ਸਰ, ਫਿਰ ਆਵਾਂਗੇ। ਠੀਕ ਹੈ ਠੀਕ ਹੈ, ਮੱਲੀ ਅੰਕਲ ਆ ਜਿਓ, ਘਰ ਆ ਜਿਓ। ਠੀਕ ਹੈ ਜੀ, ਤਾਂ ਆਪਾਂ ਇੱਥੋਂ ਵੀਡੀਓ ਰੈਪ ਅਪ ਕਰ ਦੇਣਾ। ਵਿੱਚ ਦੋ ਚਾਰ ਮੇਰੇ ਖਿਆਲ ਮੈਸੇਜ ਵੀ ਆਇਆ, ਜਾਡਲਾ ਰੋਡ ਅਤੇ ਇੱਕ ਨਵਾਂ ਸ਼ਹਿਰ ਰੋਡ 'ਤੇ ਕਹਿੰਦੇ ਵੀ ਛੱਪੜ ਟੁੱਟ ਗਿਆ, ਪਿੱਛੇ ਦੱਸਦੇ ਸੀਗੇ ਉਹ। ਦੇਖੋ ਪਾਣੀ ਕਹਿੰਦੇ ਸੜਕ ਤੋਂ ਬਾਹਰ ਆਇਆ ਨਾ, ਜੇ ਹੋਰ ਥੋੜ੍ਹਾ ਪਾਣੀ ਹੋ। ਹੁਣ ਆਪਾਂ ਟੈਕਨੀਕਲੀ ਸਮਝੀ ਹੋਵੇ ਜੀ, ਇੱਕ ਮਿੰਟ ਆਈ, ਟੈਕਨੀਕਲੀ ਸਮਝ ਗਿਆ। ਦੇਖੋ ਪਲਾਸਟਿਕ ਸਿੱਟੀ ਹੋਏ ਆ, ਰੈਪਰ ਸਿੱਟੇ ਹੋਏ ਆ, ਇਹ ਆਪਣੀ ਵੀ ਜ਼ਿੰਮੇਵਾਰੀ ਬੰਦੇ ਦੀ ਬਣਦੀ ਆ, ਹੈ ਨਾ। ਰੈਪਰ ਵਗੈਰਾ ਦੇਖੋ ਕਿਤੇ ਸਾਰੇ ਸਿੱਟੇ ਹੋਏ ਆ। ਸਰ ਕੀ ਹਾਲ ਚਾਲ ਹੈ ਜੀ? ਉਹ ਢੇਰ ਲੱਗਾ। ਹੋਰ ਜੀ ਜੀ, ਕਰੋ ਮਾਈਕ ਵੀ, ਇਹ ਵੀ ਬੁਲਾਰੇ ਨੇ ਬਹੁਤ ਅੱਛੇ। ਲੈ ਜਾ ਕਰੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਹੋਰ ਜੀ, ਸਤਿ ਸ਼੍ਰੀ ਅਕਾਲ, ਕਿਵੇਂ ਹਾਲਾਤ ਕਿਵੇਂ ਨੇ ਜੀ? ਨਾ ਹੋਦੇ ਹਾਲਾਤ ਤਾਂ ਚਲੋ ਠੀਕ ਹੈ, ਜੋ ਹੈਗੇ ਆ। ਪਹਿਲਾਂ ਤਾਂ ਰਾਹੋਂ ਸ਼ਹਿਰ ਦੇ ਵਿੱਚ ਸਾਡੇ ਦਿਨੇਸ਼ ਸੂਰੀ ਜੀ ਨਵਾਂ ਸ਼ਹਿਰ ਤੋਂ ਪੀ ਵੀ ਬੱਤੀ ਚੈਨਲ ਵਾਲੇ ਆਏ ਆ। ਰਾਹੋਂ ਸ਼ਹਿਰ ਵਾਲੇ ਇਹਨਾਂ ਦਾ ਹਾਰਦਿਕ ਸਵਾਗਤ ਕਰਦੇ ਇੱਥੇ ਪਹੁੰਚਣ ਦੇ, ਔਰ ਇੱਥੇ ਦੀ ਰਾਹੋਂ ਬਾਜ਼ਾਰ ਦੀ ਪੂਰੀ ਜਾਣਕਾਰੀ ਲੈ ਰਹੇ ਆ ਕੀ ਬਾਜ਼ਾਰ ਵਾਲੇ ਨੂੰ ਤਕਲੀਫ ਆ, ਕੀ ਪ੍ਰੋਬਲਮ ਆ, ਸਾਰੀ ਸੋਲਵ ਕਰਨ ਦੇ ਲਈ ਇਹ ਰਾਹੋਂ ਬਾਜ਼ਾਰ ਪਹੁੰਚੇ ਨੇ। ਬਹੁਤ ਬਹੁਤ ਧੰਨਵਾਦ ਜੀ ਦਿਨੇਸ਼। ਆਪਣਾ ਨਾਮ ਦੱਸੋ ਜੀ। ਮੈਂ ਅੰਕੁਰ ਜਨੇਜਾ ਜੀ। ਇੱਥੇ ਤੁਹਾਡਾ ਕਾਹਦਾ ਕੰਮ ਹੈ ਜੀ? ਮੈਂ ਇੱਥੇ, ਮੇਰਾ ਲਹਿੰਗਿਆਂ ਦਾ ਕੰਮ ਆ ਜੀ, ਵਰਮਾ ਜਨਰਲ ਸਟੋਰ ਹੈ, ਲਹਿੰਗਾ ਹਾਊਸ। ਦਿਖਾ ਦਿਓ ਜੀ, ਮੋਰੇ ਸ਼ੌਪ, ਮੋਰੇ ਮੋਰੇ ਆਪਾਂ ਚਲਦੇ ਚਲਦੇ ਦਿਖਾ ਦੇਣੀ ਹੈ ਜੀ, ਆਪਾਂ ਲਹਿੰਗਾ ਸ਼ੌਪ ਦਿਖਾ ਦੇਣੀ ਹੈ ਇਹਨਾਂ ਦੀ, ਔਰ ਤੁਸੀਂ ਫਿਰ ਸੇਵਾ ਦਾ ਮੌਕਾ ਵੀ ਦੇਣਾ। ਠੀਕ ਹੈ ਜੀ, ਵਧੀਆ ਜੀ ਵਧੀਆ। ਔਰ ਅੱਛਾ, ਇੱਥੇ ਸਫਾਈ ਇੱਧਰਲੇ ਪਾਸੇ ਠੀਕ ਹੈ ਜੀ? ਕੇਂਦਰ ਦੇ ਨਾਲੇ ਬਲੌਕ ਹੀ ਨੇ, ਪਿੱਛੋਂ ਠੀਕ ਆ, ਆ ਗਏ ਆ ਗਏ ਵੀਰੇ ਆ ਗਏ। ਇਹ ਕਹਿੰਦੇ ਕਿ ਉੱਚਾ ਪਾਸਾ ਆ ਤਾਂ ਪਾਣੀ ਹੇਠਾਂ ਨੂੰ ਆਪਣੇ ਆਪ ਹੀ ਜਾਂਦਾ ਰਹਿੰਦਾ। ਠੀਕ ਹੈ ਜੀ, ਠੀਕ ਹੈ ਜੀ, ਫਿਰ ਥੱਲੇ ਉਹਨਾਂ ਨੂੰ ਦਿੱਕਤ ਹੈਗੀ ਆ। ਇੱਥੇ ਬਾਜ਼ਾਰ ਹੋਰ ਭੀੜ ਹੋ ਜਾਂਦਾ ਜੀ? ਬਾਜ਼ਾਰ ਲਗਭਗ ਮੇਨ ਬੱਸ ਸਟੈਂਡ ਤੋਂ ਲੈ ਕੇ ਧੋਬੀ ਦੀ ਗੇਟ ਤੱਕ ਇੱਥੇ ਚੱਲਦਾ ਵਾ। ਠੀਕ ਹੈ ਜੀ, ਸਭ ਮਾਈਕ ਦੇ ਦੋ ਉਹਨਾਂ ਨੂੰ ਅੱਗੇ। ਅੱਛਾ, ਇਹ ਪਿੱਛੇ ਮੈਂ ਦੇਖਿਆ ਸੀ ਲੋਕਾਂ ਨੇ ਆਪਣੀਆਂ ਜਿਹੜੀਆਂ ਥੜੀਆਂ ਉਹਦੇ ਤੱਕ ਸਮਾਨ ਰੱਖਿਆ, ਇੱਥੇ ਵੱਧ ਗਿਆ। ਆ ਜੀ ਆਪਣੀ ਸ਼ੋਪ। ਅੱਛਾ ਜੀ, ਵਰਮਾ ਜਨਰਲ ਸਟੋਰ ਐਂਡ ਲਹਿੰਗਾ ਹਾਊਸ ਜੀ। ਪਰ ਤੁਸੀਂ ਤਾਂ ਅਮੀਰ ਬੰਦੇ ਹੋਵੇ, ਤੁਹਾਡੀ ਸ਼ੋਪ ਤਾਂ ਬਹੁਤ ਵੱਡੀ ਹੈ। ਅਤੇ ਆਪਾਂ ਉਹ ਦਿਖਾ ਦਈਏ ਵੀ ਇੱਥੋਂ ਤੁਸੀਂ ਲਹਿੰਗੇ ਲੈ ਸਕਦੇ ਆ ਜੀ। ਅੰਕੁਰ ਜੀ ਕਾਰੀਓ, ਜੇ ਕੋਈ ਸਾਡਾ ਨਾਮ ਲੈ ਕੇ ਡਿਸਕਾਊਂਟ ਕਰ ਦਿਓ। ਠੀਕ ਹੈ ਜੀ, ਠੀਕ ਹੈ ਸਰ, ਥੈਂਕ ਯੂ ਵੈਰੀ ਮੱਚ। ਜਾਗੋ ਦਾ ਸਾਰਾ ਸਮਾਨ ਮਿਲ ਜੂਗਾ, ਨਹੀਂ ਆਪਾਂ ਬਾਹਰ ਲਾਈਵ ਚੱਲ ਰਿਹਾ, ਆ ਜਾਈਓ ਫਿਰ। ਕੋਈ ਨਹੀਂ, ਮੁੜ ਕੇ। ਹੋਰ ਵੀਰ ਜੀ, ਠੀਕ ਹੈ, ਠੀਕ ਹੈ ਜੀ, ਥੈਂਕ ਯੂ ਜੀ। ਮੇਰੇ ਖਿਆਲ ਇਹ ਜਿਵੇਂ ਅੰਕੁਰ ਜੀ ਨੇ ਦੱਸਿਆ ਕਿ ਉੱਚਾ ਸਾਈਡ, ਉੱਚੀ ਸਾਈਡ ਆ ਅਤੇ ਪਾਣੀ ਥੱਲੇ ਆਪ ਹੀ ਫਲੋਟ ਕਰਦਾ। ਠੀਕ ਹੈ ਜੀ, ਔਰ ਇੱਧਰਲੇ ਪਾਸੇ ਸਫਾਈ ਹੈ, ਪਿੱਛੇ ਨਹੀਂ ਸੀ ਜਿਵੇਂ ਉਹਨਾਂ ਨੇ ਦੱਸਿਆ ਸਮਝਾਇਆ ਜੀ। ਕਹਿੰਦੇ ਪਾਸਾ ਉੱਚਾ, ਪਾਣੀ ਥੱਲੇ ਨੂੰ ਚਲੇ ਜਾਂਦਾ, ਔਰ ਉੱਥੇ ਜਾ ਕੇ ਬਲੋਕੇਜ ਦਾ ਆਪਾਂ ਦੇਖਿਆ, ਉਹ ਹੁਣ ਜਿਹੜੇ ਪ੍ਰਬੰਧਕ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਹਾਂਜੀ ਹਾਂਜੀ, ਠੀਕ ਹੈ ਜੀ, ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ, ਠੀਕ ਹੈ ਜੀ। ਕੀ ਨਾਮ ਕੀ ਤੁਹਾਡਾ? ਮੇਰਾ ਨਾਮ ਜਸਵਿੰਦਰ। ਠੀਕ ਹੈ ਜੀ, ਪਿੰਡ? ਪਿੰਡ ਮੇਰੇ ਸਹੁਰੇ ਕੰਗ। ਠੀਕ ਹੈ ਜੀ, ਮੈਂ ਰਹਿੰਦੀ ਫੌਜਪੁਰ ਆ। ਠੀਕ ਹੈ, ਠੀਕ ਹੈ, ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ। ਤੁਹਾਡਾ ਬਹੁਤ ਵਧੀਆ ਲੱਗਦਾ ਪ੍ਰੋਗਰਾਮ, ਪਤਾ ਲੱਗ ਜਾਂਦਾ ਆਪਣੇ ਏਰੀਏ ਦਾ। ਜੀ ਜੀ ਜੀ, ਹਾਂਜੀ ਜੀ, ਸ਼ੁਕਰੀਆ ਮੈਮ, ਸ਼ੁਕਰੀਆ। ਉਹ ਤਾਂ ਗੋਡੇ ਲੱਗਿਆ ਤੁਹਾਨੂੰ? ਹਾਂਜੀ, ਇੰਡੀਆ ਗੋਡੇ ਆਏ ਹੁਣ।
ਕਿ ਤੰਗ ਆ ਤੰਗ ਆ ਰੰਗ ਅੱਛਾ ਇਹੀ ਰੰਗ ਛੱਡੀ ਜਾਂਦਾ ਸਾਰੇ ਲੈ ਬਈ ਹੁਣ ਪਤਾ ਲੱਗਿਆ ਨਾਲੇ ਸਾਰੇ ਰੰਗ ਬਰੰਗੇ ਕਿਉਂ ਆ ਇਹ ਛੱਡਦਾ ਆਪਾਂ ਦੇਖੋ ਉਧਰ ਕਾਲਾ ਕੀਤਾ ਆ ਹੈ ਇੱਥੇ ਪਰਪਲ ਇਹਨੇ ਛੱਡਣੇ ਰੰਗ ਸਾਰੇ ਤੂੰ ਛੱਡਦਾ ਰੰਗ ਸਾਰੇ ਮੈਂ ਕਹੂੰਗਾ ਸਟਿੰਗ ਪੀ ਕੇ ਸਿੱਟੀ ਜਾਂਦਾ ਫੜ ਹੀ ਲਿਆ ਬੰਦਾ ਆਪਾਂ ਜੇ ਆਪਾਂ ਇੱਕ ਵੀਡੀਓ 'ਚ ਬੰਦਾ ਫੜ ਲਿਆ ਇਹਨਾਂ ਤੋਂ ਕਿੰਨੇ ਸਾਲਾਂ 'ਚ ਨਹੀਂ ਬੰਦਾ ਫੜ ਹੋਇਆ ਠੀਕ ਹੈ ਜੀ ਉਹ ਲਾਈਵ ਦੇਖ ਰਹੇ ਦਿਖਾ ਦਿਓ ਜੀ ਜੀ ਮਿਹਰਬਾਨੀ ਸਰ ਮਿਹਰਬਾਨੀ ਠੀਕ ਠਾਕ ਜੀ ਮਿਹਰਬਾਨੀ ਸਰ ਮਿਹਰਬਾਨੀ ਤੁਸੀਂ ਬਸ ਆਹ ਸਾਡਾ ਚਾਹ ਪਾਣੀ ਆ ਜੋ ਤੁਸੀਂ ਲਾਈਵ ਦੇਖ ਰਹੇ ਆ ਲਓ ਜੀ ਸਾਨੂੰ ਤਾਂ ਲੱਗਦਾ ਸੀਗਾ ਕਿ ਰਾਹੋਂ ਸਾਨੂੰ ਸਾਡੇ ਪਰਿਵਾਰਕ ਜੀ ਘੱਟ ਜਾਣਦੇ ਹੋਣੇ ਆ ਪਰ ਇੱਥੇ ਤਾਂ ਸ਼ਹਿਰ ਨਾਲ ਵੀ ਜ਼ਿਆਦਾ ਪਿਆਰ ਮਿਲ ਰਿਹਾ ਬਿਲਕੁਲ ਜੀ ਬਹੁਤ ਚੰਗੀ ਗੱਲ ਜੀ ਰਾਹੋਂ ਵਾਲਿਆਂ ਦੇ ਰਿਣੀ ਆ ਅਸੀਂ ਧੰਨਵਾਦ ਆ ਸਾਰੇ ਰਾਹੋਂ ਵਾਲਿਆਂ ਦਾ ਜੀ ਠੰਡ ਤਾਂ ਨਹੀਂ ਲੱਗਦੀ ਸੇਕ ਕੇ ਖੜਾ ਕਰਾਂ ਮੈਨੂੰ ਉਹ ਸੇਕੋ ਖੜ ਜਾ ਇਹ ਮਨ ਮੌਜੀਆਂ ਇੱਥੇ ਹੀ ਚੱਲਦੀਆਂ ਦੁਬਈ ਵਰਗੀ ਕੰਟਰੀ 'ਚ ਤਾਂ ਸ਼ੁਰ ਤੋਂ ਉਹਨੂੰ ਲੰਮਾ ਪਾਇਆ ਹੋਣਾ ਸੀ ਬਿਲਕੁਲ ਆਓ ਸਰ ਆਓ ਲਓ ਜੀ ਇਹ ਪਿੱਛੋਂ ਹੀ ਰੰਗ ਛੱਡਦੇ ਸਾਰੇ ਹੈਂ ਸਹੀ ਗੱਲ ਆ ਜੀ ਮੈਂ ਕਹਿੰਦਾ ਇੱਥੋਂ ਕਰਦੀ ਵੀਡੀਓ ਰੈਪ ਦੇਖੋ ਦਿਖਾਓ ਕਿੰਨੇ ਕੁ ਪਰਿਵਾਰਕ ਜੀ ਜੁੜੇ ਹੋਏ ਆ ਦਿਖਾਓ ਮੈਨੂੰ ਮਾੜਾ ਜਿਹਾ ਆ ਜਾ ਮਿੱਤਰਾ ਦਿਖਾਈ ਲਓ ਜੀ ਬਹੁਤ ਸਾਰਾ ਪਿਆਰ ਮਿਲਿਆ ਜੀ ਆਪਾਂ ਨੂੰ ਆਪਾਂ ਹੁਣ ਇੱਦੀ ਚੱਲਦੇ ਚੱਲਦੇ ਅੱਗੇ ਜਾ ਕੇ ਥੋੜ੍ਹਾ ਜਿਹਾ ਅੱਗੇ ਜਾ ਕੇ ਬੰਦ ਕਰ ਦੇਣਾ ਅਤੇ ਜਿਹੜੇ ਕੁਐਸਚਨਸ ਆ ਰਹੇ ਆ ਕੋਮੈਂਟ ਆ ਰਹੇ ਆ ਮਾੜਾ ਜਿਹਾ ਪੜ੍ਹਦੇ ਦੇਖੋ ਜੀ ਜਿਹੜੇ ਦੇਸਾਂ ਪ੍ਰਦੇਸਾਂ 'ਚ ਨੇ ਕਿਉਂਕਿ ਜਦੋਂ ਕਿਤੇ ਕਿਤੇ ਆਪਾਂ ਵੀ ਜਾਈਦਾ ਬਾਹਰ ਹੁਣ ਤਾਂ ਇੱਕ ਦੋ ਸਾਲ ਹੋ ਕੇ ਗਏ ਨੇ ਹੁਣ ਉਹੀ ਗੱਲ ਨੂੰ ਖਿੱਚੀ ਜਾਂਦੇ ਜਾਈਦਾ ਤਾਂ ਉਦੋਂ ਮਨ ਇਹ ਹੁੰਦਾ ਕਿ ਆਪਣੇ ਸ਼ਹਿਰ ਨੂੰ ਦੇਖ ਲਈਏ ਅਤੇ ਜਿਹੜੇ ਬਾਹਰ ਨੇ ਉਹ ਆਪਣੇ ਸ਼ਹਿਰ ਨੂੰ ਦੇਖ ਸਕਦੇ ਅਤੇ ਹੋ ਸਕਦਾ ਤੁਹਾਡੇ ਪਰਿਵਾਰਕ ਮੈਂਬਰ ਤੁਹਾਨੂੰ ਸਕਰੀਨ 'ਤੇ ਨਜ਼ਰ ਆ ਜਾਣ ਠੀਕ ਹੈ ਨਾ ਅਤੇ ਤੁਸੀਂ ਕੋਮੈਂਟ ਕਰ ਦੇਣਾ ਔਰ ਅਸੀਂ ਹੁਣ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨਵਾਂ ਸ਼ਹਿਰ ਰੋਡ 'ਤੇ ਹੋਰ ਕਿਹੜਾ ਜਾੜਾ ਰੋਡ ਜਾੜਾ ਰੋਡ 'ਤੇ ਜਾੜਾ ਰੋਡ ਇਹਨਾਂ ਨੇ ਕਿਹਾ ਹੋਰ ਜੀ ਭਾਜੀ ਠੀਕ ਠਾਕ ਬਾਂਹ ਨੂੰ ਕੀ ਹੋ ਗਿਆ ਚਲੋ ਠੰਡ ਹੈ ਹੁਣ ਖਿਆਲ ਰੱਖੋ ਠੀਕ ਹੈ ਜੀ ਰਾਹੋਂ ਤਾਂ ਆਪਣੀ ਬੁੱਕਤ ਜ਼ਿਆਦਾ ਸ਼ਹਿਰ ਨਾਲੋਂ ਠੀਕ ਹੈ ਜੀ ਫਿਰ ਇੱਥੇ ਰੈਪਅਪ ਕਰਦੇ ਹਾਂ ਜੀ ਅਤੇ ਸਿਚੁਏਸ਼ਨ ਆਪਾਂ ਸਾਰੀ ਸਮਝ ਲਈ ਹੈ ਪਿੱਛੋਂ ਕਹਿੰਦੇ ਪਾਣੀ ਹੇਠਾਂ ਨੂੰ ਆਉਂਦਾ ਕਿਉਂਕਿ ਉੱਪਰ ਇੱਧਰਲਾ ਪਾਸਾ ਜਿਹੜਾ ਉੱਚਾ ਆ ਔਰ ਰੰਗ ਬਿਰੰਗਾ ਨਾਲਿਆਂ ਨੂੰ ਕੌਣ ਕਰਦਾ ਆਪਾਂ ਦੇਖ ਲਿਆ ਪਰਪਲ ਰੰਗ ਵੀ ਦੇਖ ਲਿਆ ਨੀਲਾ ਵੀ ਦੇਖ ਲਿਆ ਹੈਂ ਲਾਲ ਰੰਗ ਵੀ ਦੇਖ ਲਿਆ ਕੋਈ ਸਟਿੰਗ ਪੀ ਕੇ ਨਹੀਂ ਸੁੱਟਦਾ ਇਹ ਨਾ ਸਮਝੋ ਕੋਈ ਸਟਿੰਗ ਪੀ ਕੇ ਸੁੱਟਦਾ ਆ ਉਹ ਪਿੱਛਿਓਂ ਆਉਂਦੇ ਰੰਗ ਬਸ ਸਰ ਮਾੜੇ ਲਾਈਵ ਕਰ ਦਈਏ ਥੋੜ੍ਹਾ ਜਿਹਾ ਅੱਗੇ ਹਾਂਜੀ ਹਾਂਜੀ ਚੱਲ ਰਿਹਾ ਜੀ ਆਹ ਛੋਟੇ ਹੁੰਦੇ ਨਾ ਦੀਵਾਲੀ ਵੇਲੇ ਇੱਦਾਂ ਮਨ 'ਚ ਹੁੰਦਾ ਕਿ ਪੋਸਟਰ ਲੈ ਕੇ ਜਾਣੇ ਆ ਹੈਂ ਸਹੀ ਗੱਲ ਹੋਰ ਜੀ ਠੀਕ ਠਾਕ ਚਲੋ ਮਿਹਰਬਾਨੀ ਭਾਅ ਜੀ ਕੀ ਨਾਂ ਤੁਹਾਡਾ ਦਿਖਾ ਦਿਓ ਜੀ ਦਿਖਾ ਦਿਓ ਰੋੜਾ ਫੈਸ਼ਨ ਅਮਿਤ ਗਾਬਾ ਡਿਸਕਾਊਂਟ ਦੇ ਦਿਓ ਕੋਈ ਸਾਡਾ ਨਾਂ ਲੈ ਕੇ ਆਓ ਠੀਕ ਹੈ ਭੈਣਾਂ ਦੀ ਕੋਟੀਆਂ ਕੁੱਟੀਆਂ ਮਿਲ ਜੂਗੀਆਂ ਚਲੋ ਫੁੱਲ ਆਫਰ ਠੀਕ ਹੈ ਵੀਰੇ ਥੈਂਕ ਯੂ ਆਹ ਜੀ ਉਹ ਬਾਈ ਉੱਥੇ ਖੜਾ ਕਹਿੰਦਾ ਤੂੰ ਕੂੜਾ ਨਹੀਂ ਦਿਖਾਇਆ ਸਾਲੋ ਤੁਹਾਨੂੰ ਮੈਂ ਕੂੜਾ ਕਹਿ ਦਿਖਾਇਆ ਨਹੀਂ ਜ਼ਿੰਮੇਵਾਰੀ ਹੈ ਯਾਰ ਆ ਲਓ ਠੀਕ ਹੈ ਜੀ ਮੇਰੀ ਚਾਹ ਨਹੀਂ ਪੀਣੀ ਬ੍ਰਦਰ ਚਾਹ ਪਹਿਲਾਂ ਵੀ ਕਿਤੇ ਹੋਰ ਪੀ ਕੇ ਆਏ ਆ
ਮਿਹਰਬਾਨੀ ਸਰ, ਮਿਹਰਬਾਨੀ ਸ਼ੁਕਰੀਆ ਸਰ। ਆਹ ਠੰਡਾ ਹੀ ਹੈ ਸਾਡਾ, ਆਹ ਸਾਡੀ ਚਾਹ ਪਾਣੀ ਹੈ, ਇਹ ਤੁਹਾਡੇ ਕਰਕੇ ਚੱਲੀ ਜਾਂਦੀ ਹੈ। ਠੀਕ ਹੈ ਜੀ, ਕੋਸ਼ਿਸ਼ ਕਰਾਂਗੇ ਕਿ ਜਾਣਕਾਰੀ ਇਕੱਠੀ ਕਰਕੇ, ਡਿਟੇਲ ਹੋਰ ਇਕੱਠੀ ਕਰਕੇ ਜੀ ਜੀ ਠੀਕ ਹੈ ਜੀ, ਜੋ ਮਸਲੇ ਉਹਨੂੰ ਚੰਗੇ ਤਰੀਕੇ ਉਭਾਰਿਆ ਜਾਵੇ, ਔਰ ਜਿਹੜੇ ਜਿਹਨਾਂ ਦੇ ਆਧਾਰ ਖੇਤਰ 'ਚ ਆਉਂਦਾ ਆ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ, ਤਾਂ ਜੋ ਜਿਹੜੇ ਰਾਹੋਂ ਵਾਸੀ ਉਹਨਾਂ ਨੂੰ ਇਹ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਜਾਨ ਸਾਰਿਆਂ ਦੀ ਬਹੁਤ ਕੀਮਤੀ ਆ। ਪਿੱਛੇ ਆਪਾਂ ਗੱਲ ਕਰਕੇ ਕਹਿੰਦੇ ਹਸਪਤਾਲ ਭਰੇ ਪਏ ਆ ਗੰਦਗੀ ਕਰਕੇ, ਡੇਂਗੂ ਵਧਿਆ, ਹੋਰ ਬਹੁਤ ਸਾਰੀਆਂ ਬਿਮਾਰੀਆਂ ਵਧੀਆਂ ਹੋਈਆਂ। ਡਾਕਟਰਾਂ ਦੀ ਜਾਂਦੀ ਆ ਪਰ ਆਮ ਬੰਦੇ ਦਾ ਦਿੱਕਤ ਹੈ ਨਾ, ਡਾਕਟਰ ਵੀ ਔਰ ਉਹਨਾਂ ਦੇ ਕਹਿੰਦੇ ਬੈੱਡ ਅਵੇਲੇਬਲ ਹੀ ਨਹੀਂ ਹੈਗੇ, ਤਾਂ ਇਸ ਕਰਕੇ ਆਮ ਬੰਦਾ ਠੀਕ ਰਵੇ। ਇੱਥੇ ਹੀ ਪਾਣੀ ਖੜ੍ਹਾ ਹੈ, ਚੱਲਦਾ ਨਹੀਂ ਇਹਨਾਂ ਦੇ ਪਾਣੀ ਵੀ ਇੱਥੇ ਖੜ੍ਹਾ, ਅਤੇ ਇੱਦਾਂ ਗੰਦਗੀ ਹੁੰਦੀ, ਗਾਹਕ ਕਿੱਦਾਂ ਚੜੂਗਾ ਦੁਕਾਨ 'ਤੇ? ਇਹ ਵੱਡਾ ਇਸ਼ੂ ਆ, ਵੱਡੀ ਦਿੱਕਤ ਹੈ, ਵੱਡੀ ਤਕਲੀਫ ਹੈ। ਉਮੀਦ ਕਰ ਸਫਾਈ ਵਾਲੇ ਆ ਗਏ ਨਹੀਂ ਲਓ ਜੀ। ਹੋਰ ਜੀ ਵੀਰਾ ਠੀਕ ਠਾਕ? ਭਾਈ ਸਫਾਈ ਦਾ ਕੰਮ ਕਰਦੇ? ਇਹ ਕੂੜਾ ਨਹੀਂ ਚੱਕ ਹੁੰਦਾ ਜੀ, ਚੱਕਰ ਕੀ ਆ? ਤੁਸੀਂ ਵੀ ਲਾਈਵ ਦੇਖ ਕੇ ਤਾਂ ਨਹੀਂ ਆਏ? ਚਲੋ ਆਪਾਂ ਤੁਹਾਡੀ ਰਿਸਪੈਕਟ ਕਰਦੇ ਜੀ, ਡਾਕਟਰ ਨਾਲੋਂ ਵਧੀਆ ਕੰਮ ਤਾਂ ਇਹਨਾਂ ਦਾ, ਠੀਕ ਹੈ ਨਾ? ਕਿਉਂਕਿ ਤੁਸੀਂ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾਉਣਾ, ਡਾਕਟਰ ਦਾ ਉਦੋਂ ਇਲਾਜ ਕਰੂਗਾ ਜਦੋਂ ਬਿਮਾਰ ਹੋ ਗਿਆ, ਪਰ ਲੋਕਾਂ ਨੇ ਦਿੱਕਤ ਸ਼ੋਅ ਕੀਤੀ ਹੈ, ਚੱਕ ਤੇ ਨਹੀਂ ਹੁੰਦਾ ਜੀ। ਪਲਾਸਟਿਕ ਕੇਲੇ ਦੇ ਛਿਲਕੇ, ਗਲਾਸ, ਲੋਕਾਂ ਨੇ ਬਹੁਤ ਕੁਝ ਨਾਲੀਆਂ ਸੁੱਟੀ, ਦੇਖੋ ਮਾੜੀ ਗੱਲ ਹੈ ਬਾਈ, ਸਾਨੂੰ ਤਿੰਨ ਦਿਨ ਕੋਈ ਪੈਸੇ ਨਾ ਦੇਵੇ, ਸਾਡੀਆਂ ਚੀਕਾਂ ਨਿਕਲ ਜਾਂਦੀਆਂ। ਮੈਂ ਕਹਿੰਦਾ ਜਿਹੜੇ ਮੰਤਰੀ ਸੰਤਰੀ MLA ਆ, ਇਹਨੂੰ ਤਨਖਾਹ ਨਾ ਮਿਲੇ, ਚੀਕਾਂ ਨਿਕਲ ਜਾਣੀਆਂ। ਇਹਨਾਂ ਦੀ ਜ਼ਿੰਮੇਵਾਰੀ ਕਿਹਦੀ ਹੈ ਬਈ? ਸਾਰੀ ਦੁਨੀਆ ਦਾ ਗੰਦ ਚੱਕਦੇ ਆ। 70-75 ਦਿਨ ਹੋ ਗਏ, ਤਨਖਾਹ ਨਹੀਂ ਮਿਲੀ, ਇਹਨਾਂ ਦੀ ਕੌਣ ਸੁਣੂਗਾ ਬਈ? ਇਹ ਵੀ ਵੱਡੀ ਗੱਲ ਹੈ, ਪਰਿਵਾਰ ਕਿੱਦਾਂ ਚੱਲਣਾ? ਬਾਪੂ ਜੀ ਇਹਨਾਂ ਦੀ ਗੱਲ ਸੁਣਦੇ ਆ, 75 ਦਿਨ ਹੋ ਗਏ ਤਨਖਾਹ ਨਹੀਂ ਮਿਲੀ, ਸਾਡੇ ਬੱਚੇ ਛੋਟੇ ਛੋਟੇ ਬੱਚੇ ਆ ਜੀ ਸਾਡੇ, 75 ਦਿਨ ਹੋ ਗਏ ਤਨਖਾਹ ਨਹੀਂ। ਹਾਂਜੀ ਇਹ ਵੀ ਮੈਂ ਕਿਹਾ ਸਹੀ ਆ, ਆਪਣੀ ਥਾਂ ਤੇ ਤਨਖਾਹ ਰੁਕ ਗਈਆਂ, ਚਲੋ ਕੋਈ ਟੈਕਨੀਕਲ ਪ੍ਰੋਬਲਮ ਹੋਣੀ ਆ, ਉਹ ਤਾਂ ਪ੍ਰਧਾਨ ਸਾਹਿਬ ਤਾਂ ਫਿਰ ਉਹਨੂੰ ਸੈੱਟ ਕਰਨ ਨਾ, ਦਰੁਸਤ ਕਰਨ ਸਾਹਿਬ ਨੂੰ ਕਹਿ ਕੇ ਹੱਲ ਕਰਾਓ, ਤਾਂ ਪੈ ਹੈ ਹੀ ਆ। ਪ੍ਰਧਾਨ ਸਾਹਿਬ ਦੇਖ ਰਹੇ ਹੋਣੇ ਆ, ਪ੍ਰਧਾਨ ਸਾਹਿਬ ਦੀ ਹਾਈ ਕਮਾਂਡ ਦੇਖ ਰਹੀ ਹੋਣੀ ਆ, ਸਾਰੇ ਦੇਖ ਹੀ ਰਹੇ ਹੋਣੇ ਆ। ਚਲੋ ਇਹ ਮੁਲਾਜ਼ਮਾਂ ਦੀ ਪ੍ਰੋਬਲਮ ਤਾਂ ਪ੍ਰਧਾਨ ਸਾਹਿਬ ਨੇ ਦੇਖਣਾ ਨਹੀਂ ਨਾ ਹੱਲ, ਵੀ ਇਹ ਤਾਂ ਪਬਲਿਕ ਨੇ ਨਹੀਂ ਕਰਾਉਣੀ, ਪ੍ਰਧਾਨ ਸਾਹਿਬ ਇਹਨਾਂ ਨਾਲ ਕਰੋ ਗੱਲ ਜੀ। ਜੀ ਭਾਜੀ ਹਾਂਜੀ, ਤੁਸੀਂ ਦੱਸਦੇ ਸੀਗੇ ਕਿੰਨੀ ਕੁ ਵਾਰ ਫਿਰ ਤੁਸੀਂ ਗੱਲ ਕੀਤੀ ਆ ਪ੍ਰਧਾਨ ਸਾਹਿਬ ਨਾਲ? ਅਸੀਂ ਹੁਣ ਨਗਰ ਕੌਂਸਲ ਨਾਲ ਜੀ 2 ਸਾਲ ਹੋ ਗਏ ਅੱਧੇ ਸਰਕਲ ਚੱਲਦਾ ਆਇਆ। ਅੱਛਾ ਵੀ ਅਸੀਂ ਦਫ਼ਤਰ ਚੋਂ ਆਏ ਹਾਂ ਜੀ, ਅਸੀਂ ਬੈਠੇ ਸੀਗੇ ਦਫ਼ਤਰੋਂ ਹੀ ਆਏ ਆ, ਦਫ਼ਤਰ 'ਚ ਹੈ ਨਹੀਂ ਸੀ, ਕੋਈ ਦਫ਼ਤਰ 'ਚ ਬੰਦਾ ਨਹੀਂ ਸੀ, ਮੁਲਾਜ਼ਮ ਹੈ ਨਹੀਂ ਸੀਗਾ, ਅਸੀਂ ਫਿਰ ਉੱਠ ਕੇ ਆ। ਇੱਕ ਮੇਰੀ ਮੈਂ ਹੋਰ ਸਵਾਲ ਪੁੱਛਣ ਜਿਹਦਾ, ਆ ਲਾਲ ਜਾ ਹੁਣ ਇੱਥੇ ਮੱਛਰ ਹੀ ਲੜਿਆ ਕੋਈ, ਹਾਂਜੀ, ਜਿੱਦਾਂ ਆਮ ਬੰਦੇ ਨੂੰ ਵੀ ਖਤਰਾ ਆ, ਤੁਹਾਨੂੰ ਕੋਈ ਯੂਨੀਫਾਰਮ ਪੂਰੀ ਨਹੀਂ ਦਿੰਦੇ, ਖਤਰਾ ਤੁਹਾਨੂੰ ਵੀ ਆ? ਸਾਡੇ ਜਸਤਾਨੇ ਕਬਰ ਕੋਲ ਸਾਨੂੰ ਕੁਛ ਵੀ ਨਹੀਂ, ਕੁਛ ਨਹੀਂ ਮਿਲਦਾ ਜੀ। ਮੈਂ ਵੱਡਾ ਸਵਾਲ ਹੈ, ਜੇ ਦੁਕਾਨਦਾਰਾਂ ਨੂੰ, ਸਾਨੂੰ, ਆਮ ਲੋਕਾਂ ਨੂੰ ਖਤਰਾ,
ਜਿਨ੍ਹਾਂ ਨੇ ਕੂੜਾ ਚੱਕਣਾ ਸਭ ਤੋਂ ਵੱਧ ਖਤਰਾ ਤੇ ਇਹਨਾਂ ਨੂੰ ਆ। ਹਾਂਜੀ, ਇਹਨਾਂ ਦੀ ਵਰਦੀ ਕਿੱਥੇ ਆ, ਇਹਨਾਂ ਦੇ ਗਲਵਸ ਕਿੱਥੇ ਆ, ਮਾਸਕ ਕਿੱਥੇ ਆ, ਗਲਵਸ ਆ, ਭੈਣ ਹੋਣੀ ਚੱਪਲ ਪਾਈ ਹੋਈ ਆ, ਪਰ ਡੇਂਗੂ ਸਭ ਤੋਂ ਪਹਿਲਾਂ ਪੈਰਾਂ ਤੇ ਲੜਦਾ, ਇਹ ਵੀ ਤਾਂ ਕਿਹਦੀ ਮਾਂ ਆ। ਇਹ ਸਵਾਲ ਹੈ, ਵਰਦੀਆਂ ਕਿੱਥੇ ਆ। ਸਾਡਾ ਇੱਕ ਮੁਲਾਜ਼ਮ ਹੋਰ ਹੈ ਜੀ, ਉਹਨੂੰ ਵੀ ਡੇਂਗੂ ਹੋਇਆ ਪਿਆ ਵਾ, ਉਹ ਵੀ ਆਪਣੇ ਹਸਪੀਟਲ ਪਿਆ ਹੋਇਆ ਜੀ। ਖਰਚਾ ਕੌਣ ਕਰੂਗਾ? ਖਰਚਾ ਜੀ ਹੁਣ ਆਪ ਡਾਕਟਰਾਂ ਨੇ ਤਾਂ ਬਿੱਲ ਬਣਾ ਦੇਣਾ। ਤਨਖਾਹਾਂ ਵੀ ਨਹੀਂ ਪਾਉਂਦੇ ਹੈਗੇ, ਖਰਚਾ ਤਾਂ ਤਾਂ ਕਰੇ ਬੰਦਾ, ਤਨਖਾਹਾਂ ਪੈ ਜਾਣ, ਚਲੋ ਬੰਦਾ ਆਪਣਾ ਇਲਾਜ ਕਰਾ ਲੈਂਦਾ। ਵੱਡੇ ਸਵਾਲ ਇਹਨਾਂ ਦੀ ਵੀ ਮਜਬੂਰੀ ਸਮਝੋ, ਔਰ ਇਹਨਾਂ ਵੱਲੋਂ ਤੇ ਅਸੀਂ ਰਲ ਮਿਲ ਕੇ ਬੇਨਤੀ ਕਰ ਦਿੰਦੇ ਹਾਂ, ਨਾਲੀਆਂ 'ਚ ਕੂੜਾ ਨਾ ਸਿੱਟੋ। ਇਹ ਸਰ ਇੱਕ ਦੁਕਾਨਦਾਰਾਂ ਦੀ ਵੀ ਇੱਦਾਂ ਵਾ, ਦੁਕਾਨਦਾਰ ਵੀ ਜੋ ਵੀ ਦੇਖਦੇ ਨੇ ਚੱਕ ਕੇ ਨਾਲੀ ਦੇ ਵਿੱਚ ਸਿੱਟ ਦਿੰਦੇ। ਪਰ ਭਾਜੀ ਪਿੱਛੇ ਨਾ ਗਿਲਾ ਉਹਨਾਂ ਨੇ ਕੀਤਾ, ਕਹਿੰਦੇ ਹਫ਼ਤਾ ਹਫ਼ਤਾ ਹੋ ਕੇ ਇੱਦਾਂ ਹੀ ਆ। ਸਰ ਹੁਣ ਜਿੱਥੇ ਇੱਕ ਢੇਰੀ ਲੱਗੀ ਹੈ, ਕੋਈ ਕੋਈ ਵੀ ਆ ਕੇ ਲੰਘਦਾ ਵਾ ਕੂੜਾ ਗਲਾ ਉੱਥੇ ਰੱਖ ਜਾਂਦਾ ਜੀ। ਅੱਛਾ, ਢੇਰੀਆਂ ਵੱਖ ਵੱਖ ਹੋਣੇ, ਢੇਰੀਆਂ ਦੇ ਉੱਪਰ ਰੱਖ ਦਿੰਦਾ। ਇਹ ਡਸਟਬਿਨ ਨਹੀਂ ਦਿੱਤੇ ਉਹਨਾਂ ਨੂੰ? ਤੁਹਾਨੂੰ ਕੁਛ ਨਹੀਂ ਜੀ, ਅਗਰ ਇਹ ਵੀ ਨਗਰ ਕੌਂਸਲ ਦੀ ਗਲਤੀ ਆ, ਡਸਟਬਿਨ ਹੋਣੇ ਚਾਹੀਦੇ ਆ। ਗਿੱਲਾ ਸੁੱਕੇ ਕੂੜੇ ਦਾ ਡਸਟਬਿਨ ਹੋਵੇ, ਤੁਸੀਂ ਚੱਕ ਕੇ ਲੈ ਜਾਓ। ਚਲੋ ਠੀਕ ਹੈ ਭਾਜੀ, ਬਹੁਤ ਮਿਹਰਬਾਨੀ। ਠੀਕ ਹੈ ਵੀਰੇ, ਠੀਕ ਹੈ ਭੈਣ ਜੀ। ਦੇਖੋ ਇਹ ਸਤਿਕਾਰ ਦੇ ਪਾਤਰ ਨੇ, ਆਪਾਂ ਗੱਲ ਨੂੰ ਸਮਝੀਏ, ਡਾਕਟਰ ਬਿਮਾਰ ਹੋਏ ਨੂੰ ਬਚਾਉਂਦਾ, ਪਰ ਇਹਨਾਂ ਨੇ ਬਿਮਾਰੀ ਰੋਕਣੀ ਆ, ਔਰ ਇਹਨਾਂ ਦੀ ਸਿਹਤ ਨੂੰ ਵੀ ਕੋਈ ਖਤਰਾ ਨਾ ਹੋਵੇ, ਇਸ ਲਈ ਇਹਨਾਂ ਦੀ ਯੂਨੀਫਾਰਮ ਪੂਰੀ ਚਾਹੀਦੀ ਆ, ਔਰ ਇਹਨਾਂ ਨੂੰ ਤਨਖਾਹ ਸਭ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ। ਠੀਕ ਹੈ ਭਾਅ ਜੀ, ਜੀ 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 ਠੀਕ ਹੈ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕਾਹਲਾ ਪੀਵਾਂਗੇ ਫਿਰ। ਠੀਕ ਹੈ, ਚਲੋ ਠੀਕ ਹੈ ਜੀ, ਆਪਾਂ ਸਾਰੀਆਂ ਗੱਲਾਂ ਕਰ ਲਈਆਂ। ਇਹਨਾਂ ਨੇ ਵੀ ਦੇਖੋ ਜਿਹੜੀ ਬੇਨਤੀ ਕੀਤੀ ਹੈ, ਜੋ ਦੁਕਾਨਦਾਰਾਂ ਦਾ ਇਸ਼ੂ ਆ, ਨਗਰ ਕੌਂਸਲ ਨੇ ਸਾਰਾ ਸੁਣਨਾ। ਇਹ ਸਾਰੇ ਇਹ ਦੁਕਾਨਦਾਰ ਜਿਹੜੇ ਜਾਮ ਲੋਕ ਗਏ, ਉਹ ਬੇਨਤੀ ਕਰਨ ਵਾਲਾ ਪਾਸਾ ਹੋ ਗਿਆ। ਸਫਾਈ ਮੁਲਾਜ਼ਮ ਕਹਿੰਦੇ ਅਸੀਂ ਆਪਣਾ ਕੰਮ ਕਰ ਰਹੇ ਹਾਂ, ਹੈ ਬਿਲਕੁਲ, ਪਰ ਦੇਖੋ ਉਹਨਾਂ ਦੀ ਵੀ ਪੀੜ ਨੂੰ ਸਮਝੀਏ। 75 ਦਿਨ ਹੋ ਗਏ, 75 ਦਿਨ ਹੋ ਗਏ ਤਨਖਾਹ ਨਹੀਂ ਮਿਲਦੀ, ਅਤੇ ਬੇਨਤੀਆਂ ਚੱਲ ਰਹੀਆਂ ਨਿਰੰਤਰ, ਤਾਂ ਇਹ ਵੀ ਗੱਲ ਆ। ਹੁਣ ਆਪਾਂ ਉੱਦਾਂ ਮਾਹੌਲ ਜਿਹਾ ਦਿਖਾ ਦਈਏ, ਰਾਹੋਂ ਦਾ ਗੱਡੀ ਲੈ ਕੇ ਨਾ ਇੱਥੇ ਆਵੇ, ਮੈਂ ਕਹਿੰਦਾ ਗੱਡੀ ਦਾ ਮੋਟਰਸਾਈਕਲ ਦਾ ਵੀ ਔਖਾ ਹੀ ਆ। ਮੋਟਰਸਾਈਕਲ ਤਾਂ ਚਲੋ ਦੋ, ਮੋਟਰਸਾਈਕਲ ਇੱਕ ਦੋ ਆ ਸਕਦੇ ਇੱਦਾਂ ਵੇਲੇ ਕ੍ਰੋਸ ਜਦੋਂ ਕਰਨਾ। ਪਰ ਇੱਥੇ ਮੈਂ ਇੱਕ ਹੋਰ ਚੀਜ਼ ਦੇਖੀ ਆ, ਨਵੇਂ ਸ਼ਹਿਰ ਨਾਲੋਂ ਇੱਕ ਚੀਜ਼ ਦੀ ਤਰੱਕੀ ਆ, ਚਾਰ ਚਾਰ ਜਾਣੇ ਬਹਿ ਕੇ ਵੀ ਬਹੁਤ ਆਉਂਦੇ ਨੇ ਦੇਖੇ। ਚਲੋ ਠੀਕ ਹੈ ਜੀ, ਗਲੀ ਆ ਸੁੱਕੀ ਪਈ ਆ, ਚਲੋ ਕੋਈ ਨਾਲੀ ਤਾਂ ਦੇਖ ਲਈ ਸੁੱਕੀ, ਮੈਂ ਤਾਂ ਕਿਹਾ ਸਾਰੀਆਂ ਭਰੀਆਂ ਹੋਣੀਆਂ। ਔਲ ਟਿੱਪ ਟਿੱਪ ਪਾਣੀ ਇੱਥੇ ਵੀ ਚੋਈ ਜਾਂਦਾ, ਪਿੱਛੇ ਵੀ ਚੋਈ ਜਾਂਦਾ, ਨਵੇਂ ਸ਼ਹਿਰ ਨੂੰ ਪੂਰੀ ਟੱਕਰ ਦਿੰਦਾ ਨਾ। ਹੈਂ ਬਿਲਕੁਲ ਮਿੱਤਰਾ, ਚਲੋ ਠੀਕ ਹੈ ਜੀ, ਵੀਡੀਓ ਕਰ ਦਿਓ। ਹਾਂਜੀ, ਚਾਚਾ ਬਣ ਕੇ, ਸ਼ੇਖ ਬਣ ਕੇ, ਦੋਨੇ ਬਣ ਕੇ ਆਵਾਂਗੇ। ਚਲੋ ਠੀਕ ਹੈ ਜੀ, ਵੀਡੀਓ ਰੈਪ ਕਰ ਦਈਏ। ਠੀਕ ਹੈ ਜੀ, ਬਹੁਤ ਸ਼ੁਕਰੀਆ, ਬਣੇ ਰਹਿਣਾ ਵਿਗਤੀ ਨਵਾਂ ਸ਼ਹਿਰ ਨੂੰ, ਛੋਟੀ ਦਿਨੇ ਸ਼੍ਰੀ ਕੈਮਰਾ ਪਰਸਨ ਤੋਂ ਲਿਆ ਤੋਂ ਬਹੁਤ ਜਿਹੜੇ ਤੋਂ ਸੁਣ ਕੇ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਧੰਨਵਾਦ, ਰਾਹੋਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ।